ਦੇਸ਼ ਦੁਨੀਆਂ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ। ਮੈਂ ਜੀ ਆਇਆਂ। ਸ਼ੁਕਰੀਆ ਜੀ। ਪੱਛਮੀ ਬੰਗਾਲ ਦੇ ਗਵਰਨਰ ਸੀਬੀ ਆਨੰਦਾ ਬੋਸ ਤੇ ਸੈਕਸੁਅਲ ਹਰਾਸਮੈਂਟ ਦੇ ਦੋਸ਼ ਲੱਗੇ ਨੇ। ਇੰਨੀਆਂ ਉੱਚ ਅਹੁਦਿਆਂ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਆਉਣੇ ਬੜੇ ਹੀ ਸੰਗੀਨ ਹੁੰਦੇ ਆ। ਸੋ ਇਹਨੂੰ ਸਮਝਣ ਦਾ ਯਤਨ ਕਰਦੇ ਹਾਂ ਕਿ ਜਦੋਂ ਕੇਂਦਰ ਔਰ ਮਮਤਾ ਬੈਨਰਜੀ ਦੀ ਸਰਕਾਰ ਦੇ ਵਿੱਚ ਲਗਾਤਾਰ ਟਕਰਾਅ ਚੱਲ ਰਿਹਾ ਸੀਗਾ ਤੇ ਵਾਇਆ ਗਵਰਨਰ ਚੱਲ ਰਿਹਾ ਸੀ, ਐਸੀ ਸਥਿਤੀ ਦੇ ਵਿੱਚ ਇਸ ਮਾਮਲੇ ਨੂੰ ਕਿਵੇਂ ਦੇਖਿਆ ਜਾਵੇ? ਤੇ ਆਪਾਂ ਦੇ ਨਾਲ ਹੀ ਅੱਗੇ ਤੁਰਾਂਗੇ। ਦੋਸ਼ ਜਦੋਂ ਲੱਗਦੇ ਨੇ, ਭਾਵੇਂ ਤੁਹਾਡੇ ਕਰੈਕਟਰ ਤੇ ਹੋਣ ਜਾਂ ਤੁਹਾਡੀ ਨੈਤਿਕਤਾ ਤੇ ਹੋਣ, MLA ਗਿਆਸਪੁਰਾ ਦਾ ਕਾਫੀ ਪਿਛਲੇ ਸਮੇਂ ਚ ਵਿਵਾਦਾਂ ਨਾਲ ਨਾਤਾ ਵੀ ਰਿਹਾ, ਉਹਨਾਂ ਦੇ ਉੱਤੇ ਹੁਣ ਟਿੱਪਰ ਐਸੋਸੀਏਸ਼ਨ ਨੇ ਪੈਸੇ ਲੈਣ ਦਾ, ਪੈਸੇ ਮੰਗਣ ਦਾ ਦੋਸ਼ ਲਾਇਆ, ਔਰ ਇਹਦੇ ਅਰਥ ਕੀ ਆ? ਕੀ ਇਹਨਾਂ ਦੇ ਖਿਲਾਫ ਵੀ ਜਾਂਚ ਤੁਰੂਗੀ ਜਾਂ ਬਸ ਐਵੇਂ ਹੀ ਪੱਲਾ ਝਾੜ ਲਿਆ ਜਾਊਗਾ? ਆਪਾਂ ਜਾਵਾਂਗੇ ਅੰਮ੍ਰਿਤਪਾਲ ਦੇ ਮਾਮਲੇ ਨੂੰ ਥੋੜਾ ਵਿਸਥਾਰ ਮਿਲਦਾ ਦੇਖਦੇ ਹਾਂ। ਬਹੁਤ ਸਾਰੇ ਲੋਕ ਉਹਦੇ ਸਮਰਥਨ 'ਚ ਆ ਰਹੇ ਆ, ਇਹ ਕਾਫਲਾ ਵੱਡਾ ਵੀ ਹੋ ਰਿਹਾ, ਲੇਕਿਨ ਬਹਿਸ ਵੀ ਚੱਲ ਰਹੀ ਹੈ। ਕੱਲ ਵਿਰਸਾ ਸਿੰਘ ਬਲਟੋਆ ਨੇ ਬੜਾ ਸਾਫ਼ ਚੈਲੰਜ ਕੀਤਾ, ਉਹ ਕਹਿੰਦੇ ਕਿ ਆਪਾਂ ਬਹਿਸ ਕਰ ਲਈਏ, ਫਿਰ ਪਤਾ ਲੱਗੂਗਾ ਕਿ ਕੌਣ ਕਿੰਨੇ ਪਾਣੀ 'ਚ ਆ, ਔਰ ਨਾਲ ਦੀ ਨਾਲ ਹੀ ਇਸ ਬਹਿਸ ਨੂੰ ਆਪਾਂ ਲਾਈਵ ਕਰ ਲਾਂਗੇ। ਪੰਥਕਤਾ ਦੇ ਨਾਂ 'ਤੇ ਲੜੀ ਜਾ ਰਹੀ ਇਹ ਚੋਣ ਦੇ ਵਿੱਚ ਕਿਹਦੀ ਕੁਰਬਾਨੀ ਜ਼ਿਆਦਾ? ਕਹਿੰਦੇ ਆਪਾਂ ਕੱਟਾ ਕੱਟੀ ਕੱਢ ਲਈਏ, ਪੇਂਡੂ ਭਾਸ਼ਾ ਹੈ, ਠੇਠ ਭਾਸ਼ਾ ਹੈ, ਇਹਦੇ ਅਰਥ ਬੜੇ ਸਾਫ਼ ਹੁੰਦੇ ਆ। ਵੈਸੇ ਜਦੋਂ ਰਾਜਦੇਵ ਸਿੰਘ ਖਾਲਸਾ ਇੱਕ ਪੱਤਰਕਾਰ ਨਾਲ ਇੰਟਰਵਿਊ ਦੇ ਵਿੱਚ ਆਖਦੇ ਨੇ ਕਿ ਇਹ ਤਾਂ ਨਿਰਭਰ ਕਰੇਗਾ ਕਿ ਉਹਨਾਂ ਦੇ ਕਾਗਜ਼ ਕੌਣ ਭਰਦਾ ਹੈ, ਮਤਲਬ ਕਾਗਜ਼ ਰੱਦ ਹੁੰਦੇ ਨੇ ਉਹ ਇਲੈਕਸ਼ਨ ਲੜ ਸਕਣਗੇ ਨਹੀਂ, ਇਹ ਤਾਂ ਨਿਰਭਰ ਕਰੋ ਵੀ ਕਾਗਜ਼ ਕੌਣ ਭਰ ਰਿਹਾ। ਸੋ ਇਹਨੂੰ ਵੀ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰਦੇ ਹਾਂ, ਸਾਰੀਆਂ ਗੱਲਾਂ ਤੇ ਚੱਲਾਂਗੇ। ਸਭ ਤੋਂ ਪਹਿਲਾਂ ਮੈਂ ਸਰਦਾਰ ਹਮੀਰ ਸਿੰਘ ਜੀ, ਪੱਛਮੀ ਬੰਗਾਲ ਦੇ ਗਵਰਨਰ ਤੇ ਲੱਗੇ ਦੋਸ਼ਾਂ ਨੂੰ ਕਿਵੇਂ ਲਵਾਂ, ਕਿਉਂਕਿ ਇਹ ਦੋਸ਼ ਬਹੁਤ ਸੰਗੀਨ ਨੇ। ਕਿਸੇ ਵੇਲੇ ਵਾਈਟ ਹਾਊਸ ਦੇ ਵਿੱਚੋਂ ਬਿਲ ਕਲਿੰਟਨ ਨੂੰ ਬਾਹਰ ਜਾਣਾ ਪੈ ਗਿਆ ਸੀ, ਕੀ ਕਹਿੰਦੇ? ਬਿਲਕੁਲ, ਗਵਰਨਰ ਨੋਰਮਲੀ ਉਹਨਾਂ ਬੰਦਿਆਂ ਨੂੰ ਲਾਇਆ ਜਾਂਦਾ ਜਿਹੜੇ ਜਾਂ ਕਿਤੋਂ ਰਿਟਾਇਰਡ ਜਾਂ ਥੋੜੇ ਮੈਚਿਓਰ ਹੋ ਜਾਂਦੇ ਨੇ ਕਾਫੀ ਜ਼ਿਆਦਾ, ਵੀ ਚਲੋ ਗਵਰਨਰ ਭਵਨ ਹੋਣਗੇ ਕਿਉਂਕਿ ਉਹ ਸੰਵਿਧਾਨਕ ਜਾਂ ਅਹੁਦਾ ਤੇ ਉੱਥੇ ਬੈਠਣਗੇ। ਤੇ ਇੱਕ ਲੈਵਲ ਦੀ ਗਵਰਨਰ ਬਣਾਉਣ ਦਾ ਮਤਲਬ ਹੁੰਦਾ ਕਿ ਕੋਈ ਕੰਟਰੀਬਿਊਸ਼ਨ ਸਟੇਟ 'ਚ ਜਾਂ ਪਾਰਟੀ ਜਾਂ ਕਿਸੇ ਲਈ ਹੁੰਦੀ ਹੈ ਵੀ ਚੱਲ ਇਹਨਾਂ ਨੂੰ ਹੁਣ ਆਰਾਮ ਕਰਨ ਦਿਓ ਤੇ ਆਪਣੇ ਤਰੀਕੇ ਨਾਲ ਉੱਥੇ ਕੰਮ ਕਰਨ। ਪਰ ਹੁਣ ਗਵਰਨਰਾਂ ਦਾ ਦਿਨ ਪ੍ਰਤੀ ਦਿਨ ਤਾਂ ਰੌਲਾ ਬੇਹੱਦ ਵੱਧ ਰਿਹਾ, ਉਹ ਤਾਂ ਪ੍ਰੈਕਟੀਕਲ ਪਾਵਰ ਚਾਹੁੰਦੇ ਨੇ, ਪ੍ਰੈਕਟੀਕਲ ਪਤਾ ਨਹੀਂ ਕੀ ਕੀ ਚਾਹੁੰਦੇ ਨੇ, ਜੋ ਆਪਣੇ ਆਪਾਂ ਕਈ ਸਟੇਟਾਂ 'ਚ ਲਗਾਤਾਰ ਦੇਖਦੇ ਹਾਂ ਕਿ ਜਿਸ ਢੰਗ ਨਾਲ ਗਵਰਨਰਾਂ ਦਾ ਵਿਵਹਾਰ ਹੈ, ਤੇ ਇਹ ਤਾਂ ਵਿਵਹਾਰ ਹੈਗਾ ਪੋਲੀਟੀਕਲੀ, ਚਲੋ ਕਿ ਜੀ ਇੱਕ ਦੂਜੇ ਨਾਲ ਆਪਾਂ ਤੰਗ ਕਰਨਾ, ਆਪਾਂ ਨਹੀਂ ਮੰਨਣੀ ਡੈਮੋਕ੍ਰੈਟਿਕ ਗੌਰਮੈਂਟ ਦੀ, ਨਹੀਂ ਮੰਨਣ ਦੀ ਬਜਾਏ ਆਪਾਂ ਸੂਹਣ ਖੜੀ ਰੱਖਣੀ ਹੈ। ਪਰ ਜਦੋਂ ਮੋਰੈਲਿਟੀ ਦਾ ਸਵਾਲ ਆਉਂਦਾ, ਖਾਸ ਤੌਰ ਤੇ ਔਰਤ ਦੀ ਮੋਡੈਸਟੀ ਦਾ ਸਵਾਲ ਆਉਂਦਾ, ਔਰਤ ਦੀ ਮਾਨ ਇੱਜ਼ਤ ਦਾ ਸਵਾਲ ਆਉਂਦਾ, ਜਿੱਥੇ ਇਹ ਸਵਾਲ ਖੜਾ ਕਰਦਾ ਬੇਟੀ ਪੜ੍ਹਾਓ ਬੇਟੀ ਬਚਾਓ ਦਾ, ਉਹਦੀ ਸੁਰੱਖਿਆ ਦੇ ਕੁਐਸਚਨ ਆਉਂਦੇ ਨੇ ਬਾਰ ਬਾਰ ਉਹਨਾਂ ਹੀ ਗੌਰਮੈਂਟਾਂ ਦੇ ਵਿੱਚ, ਤਾਂ ਰਾਜ ਭਵਨ ਦੇ ਵਿੱਚ ਬੈਠਾ ਇੱਕ ਉਸ ਸੰਵਿਧਾਨਕ ਰੁਤਬੇ ਤੇ ਬੰਦਾ ਜੇ ਉਹਦੇ ਤੇ ਕੋਈ ਐਲੀਗੇਸ਼ਨ ਲੱਗਦਾ, ਔਰ ਸਾਡੇ ਦੇਸ਼ ਦੇ ਵਿੱਚ ਇੱਕ ਅਜੀਬ ਜਿਹੀ ਗੱਲ ਹੈ, ਸਾਡੇ ਤਾਂ ਮਤਲਬ ਸੁਪਰੀਮ ਕੋਰਟ ਦੇ ਜੱਜਾਂ ਤੇ ਵੀ ਈਵਨ ਚੀਫ ਜਸਟਿਸ ਤੱਕ ਲੱਗ ਜਾਂਦਾ ਤੇ ਉਦੋਂ ਬਾਅਦ ਉਹ ਆਪ ਹੀ ਸੁਣ ਲੈਂਦੇ ਨੇ ਕੇਸ, ਆਪ ਹੀ ਉਹਨੂੰ ਕਿਵੇਂ ਕਰ ਦਿੰਦੇ ਨੇ, ਉਦੋਂ ਵੀ ਇਤਰਾਜ਼ ਬਥੇਰਾ ਹੁੰਦਾ ਸੀ। ਤੇ ਹੁਣ ਗਵਰਨਰ ਤੇ ਇੱਕ ਦੋਸ਼ ਲੱਗਿਆ, ਜਿਹੜੀ ਉੱਥੇ ਕੰਟਰੈਕਟ ਤੇ ਕੰਮ ਕਰਦੀ ਕੋਈ ਬੀਬੀ ਹੈ, ਉਹਨੇ ਛੇੜਛਾੜ ਦੇ ਇਲਜ਼ਾਮ ਲਾਏ ਨੇ। ਇਹ ਗੱਲ ਛੋਟੀ ਨਹੀਂ, ਐਡੇ ਪਾਵਰਫੁੱਲ ਬੰਦੇ ਦੇ ਮੈਨੂੰ ਲੱਗਦਾ ਨੋਰਮਲੀ ਇਲਜ਼ਾਮ ਲਾਉਣ ਤੋਂ 1000 ਵਾਰ ਸੋਚਦਾ ਹੋਊ ਕੋਈ ਕਿ ਮੇਰੀ ਕਿਹਨੇ ਮੰਨਣੀ ਹੈ ਜਾਂ ਮੈਂ ਕੌਣ ਮੈਨੂੰ ਪੁੱਛੂਗਾ। ਇਹਦਾ ਮਤਲਬ ਗੱਲ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਪਹਿਲੇ ਹੀ ਕਿ ਕਿਸੇ ਨੇ ਐਵੇਂ ਹੀ ਲਾਤੇ ਜਾਂ ਕੀ ਗੱਲ ਹੈ। ਪਰ ਨਾਲ ਦੀ ਨਾਲ ਇੱਕ ਗੱਲ ਹੋਰ ਹੈ, ਜਿੰਨਾ ਚਿਰ ਗਵਰਨਰ ਅਹੁਦੇ ਤੇ ਨੇ,
ਸੰਵਿਧਾਨ ਦੇ ਆਰਟੀਕਲ 'ਚ ਤੁਸੀਂ ਦੇਖੋ ਕਿ ਉਹਨਾਂ ਨੂੰ 261 ਦੇ ਵਿੱਚ 361 ਦੇ ਵਿੱਚ ਕਿੰਨੀ ਅਮਿਊਨਿਟੀ ਦਿੱਤੀ ਗਈ ਹੈ। ਰਾਸ਼ਟਰਪਤੀ ਤੇ ਗਵਰਨਰ ਦੋ ਅਹੁਦੇ ਇਹੋ ਜਿਹੇ ਨੇ ਕਿ ਤੁਹਾਡੇ ਤੇ ਕੋਈ ਮੁਕੱਦਮਾ ਨਹੀਂ ਹੋ ਸਕਦਾ ਜਿੰਨਾ ਚਿਰ ਤੁਸੀਂ ਆਪਣੀ ਉਹਦੇ 'ਚੋਂ ਹੈਗੇ ਹੋ, ਅਹੁਦੇ ਤੇ ਬਿਰਾਜਮਾਨ ਹੋ, ਕਿਉਂਕਿ ਮੰਨਿਆ ਹੀ ਨਹੀਂ ਜਾ ਸਕਦਾ। ਕਹਿੰਦੇ ਨੇ ਵੀ ਐਡੇ ਵੱਡੇ ਕੱਦ ਆ, ਐਡੇ ਵੱਡੇ ਮਾਮਲੇ ਵਾਲੇ ਕੋਈ ਬੰਦੇ ਕ੍ਰਾਈਮ ਕਰਨਗੇ ਜਾਂ ਲਾਅ ਦੀ ਵਾਇਲੇਸ਼ਨ ਕਰਨਗੇ ਜਾਂ ਕਿਤੇ ਜਾਣਗੇ। ਹੁਣ ਸਵਾਲ ਉੱਥੇ ਵੱਡਾ ਇਹ ਉੱਠਦਾ ਕਿ ਲਾਅ ਤਾਂ ਉਹੀ ਹੈ, ਐਥਿਕਸ ਦਾ ਸਵਾਲ ਹੈ, ਇਹ ਕਦਰਾਂ ਕੀਮਤਾਂ ਦਾ ਸਵਾਲ ਹੈ, ਨੈਤਿਕਤਾ ਦਾ ਸਵਾਲ ਹੈ। ਕੀ ਬਾਕੀ ਦੀ ਪੋਲੀਟੀਕਲ ਧਿਰਾਂ ਦੀ ਤਰ੍ਹਾਂ ਤੁਸੀਂ ਉਸੇ ਨੈਤਿਕਤਾ ਨਾਲ ਕੰਮ ਕਰੋਗੇ ਜਾਂ ਐਡੀ ਐਡੀਆਂ ਪੋਸਟਾਂ ਤੇ ਬੈਠੇ ਤੇ ਜੇ ਕੋਈ ਇਲਜ਼ਾਮ ਵੀ ਲੱਗਦਾ, ਮੰਨ ਲਓ ਤੁਹਾਨੂੰ ਲੱਗਦਾ ਉਹ ਝੂਠਾ ਹੈ ਜੀ, ਮੈਂ ਸਾਬਤ ਕਰਨਾ ਕਿ ਮੇਰੇ ਤੇ ਗਲਤ ਲੱਗਿਆ, ਹੋ ਸਕਦਾ 1% ਇਹ ਵੀ ਮੰਨ ਕੇ ਚੱਲਣਾ ਚਾਹੀਦਾ ਵੀ ਹੋ ਸਕਦਾ ਝੂਠਾ ਹੋਵੇ, ਪਰ ਤੁਸੀਂ ਮੋਰੈਲਿਟੀ ਦੇ ਆਧਾਰ ਤੇ ਆ ਫੇਸ ਕਰੋ ਨਾ, ਆ ਕੇ ਕਹੋ ਕਿ ਮੇਰੇ ਤੇ ਝੂਠਾ, ਮੈਂ ਸਾਬਤ ਕਰੂੰਗਾ, ਚਲਾਓ ਮੁਕੱਦਮਾ, ਜਿਹੜਾ ਚਲਾਉਣਾ ਮੁੜ ਕੇ ਚਾਹੇ ਗਵਰਨਰ ਬਣ ਜਾਇਓ, ਸਗੋਂ ਜ਼ਿਆਦਾ ਸਾਨੂੰ ਸਖ਼ਤ ਨਾਲ ਬਣੋਗੇ ਕਿ ਦੇਖੋ ਜੀ ਆ ਗਲਤ ਇਲਜ਼ਾਮ ਲੱਗੇ ਸੀ, ਗਵਰਨਮੈਂਟ ਵੀ ਆਟੋਮੈਟਿਕਲੀ ਲਾ ਦੂ ਕਹੂੰਗੀ ਕਿ ਉਸ ਪਾਸੇ। ਬਾਕੀ ਜੀਵਨ ਦੇ ਜਿਸ ਪੜਾਅ ਤੇ ਗਵਰਨਰ ਲੱਗਦੇ ਨੇ, ਸਾਰਾ ਕੁਝ ਜ਼ਿੰਦਗੀ ਦੇ ਵਿੱਚ ਪਾਵਰਫੁੱਲ ਸਾਰਾ ਕੁਝ ਨਿਭਾ ਵੀ ਚੁੱਕੇ ਨੇ, ਤੇ ਜੇ ਨਹੀਂ ਵੀ ਦੁਬਾਰਾ ਲੱਗਣਗੇ, ਆਪਣੀ ਆਪਣਾ ਜਿਹੜਾ ਚੋਲੀ ਚੋਲਾ ਤਾਂ ਪੂਰਾ ਪਾਕ ਦਾਮਨ ਲੈ ਕੇ ਜਾਣਗੇ ਨਾ, ਜੇ ਜੇਕਰ ਤੁਸੀਂ ਇਹੋ ਜਿਹੀ ਆਪਦੇ ਉਸ ਦੇ ਵਿੱਚ ਪਾ ਲੈਂਦੇ ਹੋ ਪਰਖ ਦੇ ਵਿੱਚ ਕਿ ਆਓ ਜੀ ਲਾਓ ਇਲਜ਼ਾਮ ਤੇ ਮੇਰੇ ਤੇ, ਤਾਂ ਇਹ ਕੋਈ ਗੱਲ ਨਹੀਂ ਇਸ ਲੈਵਲ ਦੇ ਉੱਤੇ। ਪਰ ਜੇ ਇਹ ਵੀ ਨਹੀਂ ਕਰਦੇ ਤਾਂ ਨੈਤਿਕਤਾ ਇਸ ਦੇਸ਼ ਦੇ ਵਿੱਚ ਕਿੱਥੇ ਗਈ? ਮਤਲਬ ਵੱਡੇ ਅਹੁਦਿਆਂ ਤੋਂ ਇੱਥੋਂ ਲੈ ਕੇ ਉੱਥੇ ਤੱਕ ਦੀਆਂ ਨੈਤਿਕਤਾਵਾਂ ਦਾ ਕੀ ਮਤਲਬ ਹੈ ਬੱਚਿਆ, ਮੋਰੈਲਿਟੀ ਦਾ? ਇਹ ਸਵਾਲ ਇਸ ਦੇਸ਼ ਦੇ ਵਿੱਚ ਵੂਮੈਨ ਸੁਰੱਖਿਆ ਦਾ ਸਵਾਲ ਹੈ, ਇਹ ਸਵਾਲ ਇਸੇ ਢੰਗ ਦੇ ਨਾਲ ਹੈ। ਔਰ ਇਕੱਲਾ ਗਵਰਨਰ ਫਿਰ ਕੀ ਕਰੇ ਜੇ ਦੋਨੋਂ ਇਸ਼ੂ ਉੱਤੇ, ਭਾਵੇਂ ਆਪਾਂ ਕੀਤਾ ਕਿ ਬਾਅਦ ਦੇ ਵਿੱਚ ਬ੍ਰਿਜ ਭੂਸ਼ਣ ਸਿੰਘ ਦਾ ਮਾਮਲਾ ਵੀ ਸੀਗਾ, ਉਹ ਕੀ ਕਹਿ ਰਹੀਆਂ ਸੀ ਪਹਿਲਵਾਨ ਕੁੜੀਆਂ ਇੰਨਾ ਚਿਰ ਜੰਤਰ ਮੰਤਰ ਤੇ ਬੈਠ ਕੇ? ਔਰ ਉਦੋਂ ਬਾਅਦ ਪ੍ਰਾਈਮਾ ਫੇਸੀ ਸਾਬਤ ਹੁੰਦਾ, ਸਾਬਤ ਹੋਣ ਤੋਂ ਬਾਅਦ FIR ਦਰਜ ਹੁੰਦੀ ਹੈ, ਚਾਰਜਸ਼ੀਟ ਫਾਈਲ ਹੁੰਦੀ ਹੈ, ਪਹਿਲਾਂ ਤਾਂ ਤੁਸੀਂ ਮੰਨੇ ਹੀ ਨਹੀਂ, ਇਹਦਾ ਮਤਲਬ ਮੋਰੈਲਿਟੀ ਦੀ ਤਾਂ ਕੋਈ ਗੱਲ ਹੀ ਨਹੀਂ ਬਚੀ ਜਦੋਂ ਤੁਸੀਂ ਇਹ ਕਰਦੇ ਹੋ। ਔਰ ਜਦੋਂ ਕੁੜੀਆਂ ਨੇ ਜਿਹੜੀਆਂ ਔਨ ਰਿਕਾਰਡ ਆਉਂਦੀਆਂ ਨੇ, ਇਹ ਸੌਖੀ ਗੱਲ ਨਹੀਂ ਹੁੰਦੀ ਕਿਸੇ ਜੰਗ ਲੜਕੀ ਦਾ ਵੂਮੈਨ ਦਾ ਜਾ ਕੇ ਕੋਰਟਾਂ ਦੇ ਵਿੱਚ ਵੱਖ ਵੱਖ ਥਾਵਾਂ ਤੇ ਇਹ ਦੱਸਣਾ ਪਬਲਿਕਲੀ ਕਿ ਮੇਰੇ ਨਾਲ ਆਹ ਵਾਪਰ ਰਿਹਾ ਤਾਂ ਮੈਂ ਆਹ ਨਹੀਂ ਕੀਤਾ। ਇਹ ਮਤਲਬ ਨੋਰਮਲੀ ਸਾਡੇ ਕਲਚਰ ਚ ਘੱਟੋ ਘੱਟ ਜਿਹੜਾ ਇੰਡੀਅਨ ਕਲਚਰ ਹੈ ਇਹ ਨਹੀਂ ਹੁੰਦੀ। ਵੈਸੇ ਤਾਂ ਸਾਡਾ ਛੱਡੋ, ਦੁਨੀਆਂ 'ਚ ਹੀ ਨਹੀਂ ਹੈ। ਆਪਾਂ ਇੱਕ ਮੂਵਮੈਂਟ ਦੇਖੀ ਹੈ ਜਿਹਨੂੰ ਮੀ ਟੂ ਮੂਵਮੈਂਟ ਕਿਹਾ ਜਾਂਦਾ ਸੀਗਾ, ਜਿਹੜੀ ਅਮਰੀਕਾ ਤੋਂ ਚੱਲੀ, ਸਭ ਤੋਂ ਪਾਵਰਫੁੱਲ ਉਹਨਾਂ ਦੀ ਐਕਟਰੈਸ ਜਿਹਦੇ ਕੋਲ ਸ਼ੋਹਰਤ ਸੀ, ਪੈਸਾ ਸੀ, ਸਭ ਕੁਝ ਸੀ, ਪਰ ਉਦੋਂ ਵੀ ਪਾਵਰਫੁੱਲ ਡਾਇਰੈਕਟਰ ਸੀ ਜਿਹੜਾ ਕਹਿੰਦਾ ਸੀ ਤੇਰਾ ਸਾਰਾ ਕੈਰੀਅਰ ਬਰਬਾਦ ਕਰ ਦੂੰਗਾ, ਉੱਥੋਂ ਸ਼ੁਰੂ ਹੋਈ, ਕਿੰਨਿਆਂ ਦੇ ਨਕਾਬ ਉਤਰੇ। ਇਹ ਅਪਰੋਚ ਦਾ ਕੁਐਸਚਨ ਹੈ ਵੂਮੈਨ ਦੇ ਪ੍ਰਤੀ, ਤੁਹਾਡੀ ਅਪਰੋਚ ਕੀ ਹੈ? ਜਿੰਨਾ ਮਰਜ਼ੀ ਤੁਸੀਂ ਵੱਖ ਦਾਅਵੇਦਾਰ ਕਹੀ ਜਾਓ, ਅਸੀਂ ਪੂਜਾ ਕਰਦੇ ਹਾਂ ਔਰਤਾਂ ਦੇ, ਅਸੀਂ ਫਲਾਨਾ ਕਰਦੇ, ਉਹਨੂੰ ਬਰਾਬਰ ਦਾ ਰਾਈਟ ਦੇਣ ਲਈ ਤਿਆਰ ਨਾ ਹੋਵੇ ਸਿਸਟਮ, ਜਾਓ ਕੰਟਰੀ, ਜਾਓ ਬਾਕੀ ਦੀਆਂ ਚੀਜ਼ਾਂ। ਇਸ ਲਈ ਇਸ ਦਿਸ਼ਾ ਦੇ ਵਿੱਚ ਇਹ ਨਿਹਾਇਤ ਜ਼ਰੂਰੀ ਚੀਜ਼ ਹੈ ਕਿ ਗਵਰਨਰ ਸਾਹਿਬ ਨੂੰ ਰਿਜਾਇਨ ਕਰਨਾ ਚਾਹੀਦਾ, ਰਿਜਾਇਨ ਕਰਕੇ ਪਰਖ ਦੇ ਵਿੱਚੋਂ ਲੰਘਣਾ ਚਾਹੀਦਾ ਔਰ ਲੰਘ ਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ ਚਾਹੀਦਾ, ਤਾਂ ਹੀ ਮੰਨੀ ਜਾਊਗੀ। ਨਹੀਂ ਤਾਂ ਜਿਹੜਾ ਚਿਪਕ ਗਿਆ ਚਿਪਕ ਗਿਆ, ਤੁਸੀਂ ਇੱਥੇ ਬੈਠੇ ਆ ਉਹਦੇ ਤੇ ਜੋ ਮਰਜ਼ੀ ਕਰੀ ਜਾਓ, ਇਮਿਊਨਿਟੀ ਤੁਹਾਨੂੰ ਮਿਲੀ ਹੋਈ ਹੈ, ਫਿਰ ਤਾਂ ਕੋਈ ਫਾਇਦਾ ਨਹੀਂ ਹੈ ਉਸ ਗੱਲ ਦਾ ਤੱਕ ਜਿੰਨਾ ਚਿਰ ਗਵਰਨਰੋਂ। ਉਦੋਂ ਬਾਅਦ ਕੌਣ ਪੁੱਛੂਗਾ ਉਹ ਬੀਬੀ ਦਾ ਕੀ ਬਣੂਗਾ, ਕਿੱਥੇ ਵਿਚਾਰੀ ਕੰਮ ਕਰੂਗੀ, ਉਹਦੀ ਪ੍ਰੋਟੈਕਸ਼ਨ ਕੌਣ ਕਰੂਗਾ ਜਦੋਂ ਪਾਵਰਫੁੱਲ ਬੰਦੇ ਨਾਲ ਮੱਥਾ ਲੱਗ ਜਾਂਦਾ? ਸਟੇਟਾਂ ਆਪਾਂ ਨੂੰ ਸਾਹਮਣੇ ਦਿਖਦੀਆਂ ਨੇ ਇਹੋ ਜਿਹੀਆਂ ਹੈਗੀਆਂ ਨੇ। ਤੇ ਇਸ ਮਾਮਲੇ ਦੇ ਵਿੱਚ ਜੇ ਗਵਰਨਰ ਸਾਹਿਬ ਅਸਤੀਫਾ ਨਹੀਂ ਦਿੰਦੇ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਨੋਟਿਸ ਲੈਣਾ ਚਾਹੀਦਾ, ਉਹਨਾਂ ਨੂੰ ਵਾਪਸ ਬੁਲਾ ਕੇ ਉਹਨਾਂ ਦੇ ਖਿਲਾਫ ਜੋ ਬਣਦਾ ਕਾਰਵਾਈ ਹੈ ਉਹ ਸਟਾਰਟ ਹੋਣੀ ਚਾਹੀਦੀ। ਉਮੀਦ ਤਾਂ ਕੀਤੀ ਜਾਂਦੀ ਹੈ ਕਿ ਇੰਜ ਹੋਣਾ ਚਾਹੀਦਾ, ਪਰ ਕਰਦਾ ਕੌਣ ਹੈ? ਇੱਥੇ ਤੇ ਸੱਤਾ ਦੇ ਹਿਸਾਬ ਲਾਏ ਜਾਂਦੇ ਨੇ ਤੇ ਦੇਖਿਆ ਜਾਂਦਾ ਹੈ ਕਿ
ਸਾਨੂੰ ਕਿਹੜਾ ਵਾਰਾ ਖਾਂਦਾ, ਸਾਡੀ ਧਿਰ ਚ ਕੌਣ ਆ। ਇੱਥੇ ਇਹ ਤਾਂ ਵੇਖਿਆ ਨਹੀਂ ਜਾਂਦਾ ਕਿ ਕਿਹਦਾ ਕਿੰਨਾ ਕੁ ਜੁਰਮ ਆ ਤੇ ਇਹ ਸੁਸਾਇਟੀ ਦੇ ਵਿੱਚ ਅਸਰ ਕੀ ਚੀਜ਼ਾਂ ਪਾਉਂਦੀਆਂ। ਮੈਂ ਦੂਜੇ ਮਾਮਲੇ ਤੇ ਜਾਣਾ ਹੈ, ਇਹ ਵੀ ਐਥਿਕਸ ਦਾ ਹੀ ਮਾਮਲਾ ਹੈ, ਇਹ ਵੀ ਨੈਤਿਕਤਾ ਹੀ ਮਾਮਲਾ ਹੈ। ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਕਿ MLA ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਉੱਤੇ ਦੋਸ਼ ਲੱਗਿਆ, ਟਿੱਪਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੋਸ਼ ਲਾਇਆ, ਸ਼ਿਕਾਇਤ ਮੁੱਖ ਮੰਤਰੀ ਨੂੰ ਭੇਜੀ ਆ ਕਿ ਉਹ ਸਾਡੇ ਕੋਲੋਂ ਪੈਸੇ ਮੰਗਦੇ ਨੇ, ਇਹਨੂੰ ਕਿਵੇਂ ਲਈਏ। ਦਰਅਸਲ ਜਦੋਂ ਵੀ ਸੱਤਾਧਾਰੀਆਂ ਦੇ ਉੱਤੇ ਕੋਈ ਬਾਹਰੋਂ ਇਲਜ਼ਾਮ ਲਾਉਂਦਾ ਹੈ ਨਾ, ਉਦੋਂ ਉਹਦੇ ਉੱਤੇ ਕੋਈ ਪੁਖਤਾ ਜਾਂਚ ਹੋਈ ਨਹੀਂ ਅੱਜ ਤੱਕ। ਇਹਨਾਂ ਨੇ ਆਪ ਬੰਦੇ ਫੜ ਲਏ, ਭਾਵੇਂ ਇਹਨਾਂ ਦਾ ਸਿਹਤ ਮੰਤਰੀ ਸੀਗਾ ਵਿਜੇ ਸਿੰਗਲਾ, ਭਾਵੇਂ ਇਹਨਾਂ ਦਾ MLA ਅਮਿਤ ਰਤਨ ਕੋਟਪੱਤਾ ਸੀਗਾ, ਤੇ ਭਾਵੇਂ ਕੋਈ ਹੋਰ, ਇਹਨਾਂ ਨੇ ਜਿੱਥੇ ਆਪ ਕਾਰਵਾਈ ਕਰਨੀ ਹੁੰਦੀ ਵਾਰਾ ਖਾਂਦੀ ਉਹ ਤਾਂ ਕਰ ਲੈਂਦੇ ਆ। ਇਸ ਤਰ੍ਹਾਂ ਦੇ ਜਿਹੜੇ ਦੋਸ਼ ਆ ਇਹਨਾਂ ਤੇ ਕਦੇ ਕੋਈ ਕਾਰਵਾਈ ਹੁੰਦੀ ਜਾਂ ਕੋਈ ਜਾਂਚ ਬਿਠਾਈ ਜਾਂਦੀ ਨਜ਼ਰ ਆਈ ਨਹੀਂ। ਇਸ ਤੋਂ ਪਹਿਲਾਂ ਵੀ ਕੁਝ ਦੋਸ਼ ਲੱਗਦੇ ਰਹੇ ਨੇ। ਸੋ ਇਹ ਮੈਨੂੰ ਲੱਗਦਾ ਹੈ ਕਿ ਇਹ ਸੱਤਾਧਾਰੀ ਧਿਰ ਦੀ ਜਿਹੜੀ ਇੱਕ ਬੜੀ ਖਾਸ ਅਪਰੋਚ ਸੀ ਰਿਸ਼ਵਤ ਦੇ ਖਿਲਾਫ, ਅਨੈਤਿਕ ਕਾਰਵਾਈਆਂ ਦੇ ਖਿਲਾਫ, ਉਹ ਹੁਣ ਧੁੰਦਲੀ ਪੈ ਰਹੀ ਆ। ਤੇ ਇਹ ਇਹ ਇੱਥੇ ਤੁਹਾਨੂੰ ਨਹੀਂ ਲੱਗਦਾ ਕਿ ਆ ਹੁਣ ਤੱਕ ਮੁੱਖ ਮੰਤਰੀ ਨੂੰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਾਂਚ ਆਰਡਰ ਕਰਨੀ ਚਾਹੀਦੀ ਹੈ, ਜਾਂ ਮੁੱਖ ਮੰਤਰੀ ਕਰ ਵੀ ਸਕਦੇ ਨੇ ਕਿ ਨਹੀਂ, ਕਿਉਂਕਿ ਹੁਣ ਚੋਣ ਦਾ ਮੌਕਾ ਹੈ ਤੇ ਇਹ ਚੋਣ ਕਮਿਸ਼ਨ ਕੋਲ ਵੀ ਜਾਣੀ ਚਾਹੀਦੀ ਜੀ ਸ਼ਿਕਾਇਤ? ਨਹੀਂ, ਉਹ ਜਾਣੀ ਚਾਹੀਦੀ ਹੈ ਸ਼ਿਕਾਇਤ ਬਿਲਕੁਲ, ਜਿਹੜਾ ਵੀ ਕੁਛ ਜੇ ਚੋਣ ਕਮਿਸ਼ਨ ਦੇ ਰਾਹੀਂ ਵੀ ਆ ਜਾਏ। ਪਰ ਇਹੋ ਜਿਹਾ ਕੋਈ ਕ੍ਰਾਈਮ ਹੁੰਦਾ, ਕੋਈ ਚੀਫ ਮਿਨਿਸਟਰ ਕੋਲ ਆਉਂਦਾ ਤਾਂ ਉਹਦੀ ਇਨਕੁਆਇਰੀ ਮਾਰਕ ਕਰਨਾ ਤਾਂ ਕੋਈ ਪ੍ਰੋਬਲਮ ਨਹੀਂ ਹੈ ਚੀਫ ਮਿਨਿਸਟਰ ਨੂੰ, ਖਾਸ ਤੌਰ ਦੇ ਉੱਤੇ ਇਹੋ ਜਿਹੇ ਮਾਮਲਿਆਂ ਦੇ ਵਿੱਚ, ਜਾਂ ਇਨਕੁਆਇਰੀ ਮਾਰਕ ਕਰਕੇ ਥਰੂ ਇਲੈਕਸ਼ਨ ਕਮਿਸ਼ਨ ਭੇਜ ਸਕਦੇ ਨੇ। ਮੈਂ ਇਨਕੁਆਇਰੀ ਮਾਰਕ ਕੀਤੀ ਹੈ, ਇਹਦੀ ਪਰਮਿਸ਼ਨ ਦਾ ਕੁਸ਼ਚਨ ਹੈ, ਇਹਦੇ 'ਤੇ ਤਾਂ ਕੋਈ ਨਹੀਂ ਰੋਕੂ। ਕ੍ਰਾਈਮ ਥੋੜ੍ਹੀ ਰੋਕ ਦੇਣਾ ਇਲੈਕਸ਼ਨ ਕਮਿਸ਼ਨ ਨੇ, ਸਗੋਂ ਉਹ ਤਾਂ ਇਸ ਸਮੇਂ ਕ੍ਰਾਈਮ ਬੰਦ ਕਰਨ ਦੀ ਗੱਲ ਕਰਦਾ ਜੇਕਰ ਕੋਈ ਸਜ਼ਾ ਹੁੰਦੀ ਹੈ। ਸਗੋਂ ਹੁਣ ਡਰਦੇ ਨੇ ਬੰਦੇ, ਔਰ ਡਰਦੇ ਨੇ ਵੀ ਜੇ ਥਰੂ ਇਹੋ ਜਿਹੀ ਚਿੱਠੀ ਲਿਖ ਦਿੱਤੀ ਜਾਵੇ ਵੀ ਆਹ ਕ੍ਰਾਈਮ ਵਾਪਰ ਰਿਹਾ, ਫਲਾਣੀ ਜਗ੍ਹਾ ਕੋਈ ਪ੍ਰਸ਼ਾਸਨ ਨਹੀਂ ਨੋਟਿਸ ਲੈ ਰਿਹਾ, ਤੇ ਜੇ ਉੱਥੋਂ ਦੀ ਚਿੱਠੀ ਆ ਜਾਏ ਤਾਂ ਬੰਦੇ ਨੂੰ ਲੱਗਦਾ ਕਿ ਜੇ ਥਰੂ ਇਲੈਕਸ਼ਨ ਕਮਿਸ਼ਨ ਕੋਈ ਜਾਂਚ ਬੈਠ ਜਾਏ, ਕੋਈ ਪਰਚਾ ਦਰਜ ਹੋ ਜਾਓ, ਛੇਤੀ ਕਿਤੇ ਪਿੱਛਾ ਨਹੀਂ ਛੱਡਦਾ। ਦੂਜਿਆਂ ਦੇ ਮਾਮਲੇ 'ਚ ਤਾਂ ਫਿਰ ਵੀ ਬੰਦਾ ਇੱਧਰ ਉੱਧਰੋਂ ਕਰਾ ਲੈਂਦਾ, ਉਹ ਲੰਮੇ ਸਮੇਂ ਲਈ ਤੁਹਾਡੇ ਅਗੇਂਸਟ ਚਲਾ ਜਾਂਦਾ ਜੇਕਰ ਇਹ ਸਾਰੇ ਮਾਮਲੇ 'ਚ। ਇਸ ਲਈ ਅਧਿਕਾਰੀ ਤੇ ਜਿਹੜੇ ਅਫੀਸ਼ਲ ਪੋਸਟਾਂ ਵਾਲੇ ਬੰਦੇ ਨੇ ਉਹ ਡਰਦੇ ਨੇ ਵੀ ਇਸ ਸਮੇਂ ਦੌਰਾਨ ਨਾ ਹੋਵੇ ਕੁਝ, ਤਾਂ ਚੰਗੀ ਗੱਲ ਹੈ। ਬਿਲਕੁਲ, ਜਿਹੜਾ ਇਹ ਗਿਆਸਪੁਰੇ ਉਹਨਾਂ ਤੇ ਇੱਕ ਐਲੀਗੇਸ਼ਨ ਲਾਇਆ, ਔਰ ਐਲੀਗੇਸ਼ਨ ਵੀ ਕੋਈ ਛੇਤੀ ਕੀਤੇ ਕਿਉਂ ਨਾ ਆਏਗਾ, ਕਿਉਂਕਿ ਔਰ ਨੋਰਮਲੀ ਜਿਹੜੇ ਇਸ ਲੈਵਲ ਦੇ ਬਿਜ਼ਨਸ 'ਚ ਹੁੰਦੇ ਨੇ, ਜਿਹੜਾ ਕੋਈ ਬਹੁਤ ਲੀਗਲ ਬਿਜ਼ਨਸ ਨਹੀਂ ਮੰਨਿਆ ਜਾਂਦਾ, ਔਰ ਟਿੱਪਰ ਦਾ ਮਾਮਲਾ ਫਲਾਨਾ, ਉਹ ਤਾਂ ਲੈ ਦੇ ਕੇ ਐਡਜਸਟਮੈਂਟਾਂ ਨਾਲ ਹੀ ਚੱਲਦੇ ਨੇ। ਜਦੋਂ ਮੈਨੂੰ ਲੱਗਦਾ ਜ਼ਿਆਦਾ ਹੋ ਜਾਂਦਾ ਕੰਮ ਕਿ ਸਾਡਾ ਤਾਂ ਮਾਲ ਪਤਾ, ਉਦੋਂ ਵੀ ਜ਼ਿਆਦਾ ਸਾਰਾ ਇੱਕ ਪਾਸੇ ਚਲਾ ਜਾਊਗਾ ਜਾਂ ਦੂਜੇ ਲੈ ਜਾਣਗੇ, ਤਾਂ ਅਸੀਂ ਰਿਸਕ ਕਿਉਂ ਲਈਏ। ਔਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ 42-43 ਦਾ ਨਾਂ ਦਿੱਤਾ ਸੀਗਾ ਕਿ ਸਾਡੇ ਤਾਂ, ਮੈਂ ਮਿਸਿਸ ਸੋਨੀਆ ਗਾਂਧੀ ਨੂੰ ਲਿਖਿਆ ਸੀ, ਉਹ ਕਹਿੰਦੇ ਸੀਗੇ ਕਿ ਇੰਨੇ ਬੰਦੇ ਇਸ ਕਿੱਤੇ 'ਚ ਇਨਵੋਲਵ ਨੇ। ਹਾਲਾਂਕਿ ਉਹਨਾਂ ਨੂੰ ਵੀ ਪਰਚਾ ਤਾਂ ਦਰਜ ਕਰ ਦੇਣਾ ਚਾਹੀਦਾ ਸੀ, ਉਹਨਾਂ ਨੇ ਕਾਂਗਰਸ ਪ੍ਰਧਾਨ ਨੂੰ ਕਿਉਂ ਲਿਖਿਆ ਜੇ ਤੁਸੀਂ ਚੀਫ ਮਿਨਿਸਟਰ ਹੋ, ਲਾ ਐਂਡ ਆਰਡਰ ਤੇ ਲਾ ਤਾਂ ਤੁਹਾਡੇ ਕੋਲ ਸੀ, ਤੁਹਾਨੂੰ ਕਰ ਦੇਣਾ ਚਾਹੀਦਾ ਸੀ। ਇਹੀ ਹਾਲ ਹੁਣ ਗਿਆਸਪੁਰਾ ਉਹਨਾਂ ਦਾ, ਜਿਹੜਾ ਹਰਿਆਣੇ ਤੋਂ ਇੱਕ ਸਿੱਖੀ ਮੁੱਦਾ ਉਦੋਂ 84 ਵੇਲੇ ਦਾ ਉਹਨਾਂ ਨੇ ਉਠਾਇਆ ਸੀਗਾ, ਇੱਕ ਇੱਜ਼ਤ ਬਣੀ ਸੀ ਇੱਕ ਲੈਵਲ ਦੇ ਉੱਤੇ, ਐਂ ਲੱਗਦਾ ਸੀ ਕਿ ਸ਼ਾਇਦ ਉਹ ਬੰਦੇ ਉਸ ਲੈਵਲ ਤੇ। ਪਰ ਇਹ ਪਹਿਲਾ ਐਲੀਗੇਸ਼ਨ ਨਹੀਂ ਹੈ, ਇਦੋਂ ਪਹਿਲਾਂ ਇੱਕ ਇਲਜ਼ਾਮ ਲੱਗਿਆ ਸੀ, ਯਾਦ ਹੋਣਾ ਕਿ ਉਹ ਬੀਬੀ ਜਿਹੜੀ ਆਪਣਾ ਇਮੀਗ੍ਰੇਸ਼ਨ ਸੈਂਟਰ ਚਲਾਉਂਦੀ ਸੀ, ਉਹ ਵਿੱਚ ਹੀ ਦਬਦਬਾ ਗਿਆ ਕਿਵੇਂ, ਔਰ ਉਹਨੇ ਵੀ ਵੀਡੀਓ ਬਹੁਤ ਵੀਡੀਓ ਤੇ ਆ ਕੇ ਕਿਹਾ ਕਿ ਮੈਂ ਨਹੀਂ ਦਊਂਗੀ, ਮੈਂ ਕਿੱਥੋਂ ਦੇਵਾਂ, ਮੇਰੇ ਕੋਲ ਲਾਇਸੈਂਸ ਹੈਗਾ, ਸਭ ਕੁਝ ਹੈਗਾ, ਤੁਹਾਡੇ ਬੰਦੇ ਪੈਸੇ ਕਿਵੇਂ ਮੰਗਦੇ ਨੇ। ਉਦੋਂ ਵੀ ਇਹਨਾਂ ਨੇ ਕਿਹਾ ਕਿ ਗਲਤ ਹੈ, ਝੂਠ ਬੋਲ ਰਹੀ ਹੈ ਬੀਬੀ, ਇਹ ਸਗੋਂ ਗਲਤ ਕਰ ਰਹੀ ਹੈ। ਚਲੋ, ਪਾਵਰ ਦੇ ਸਟਰਕਚਰ ਦੇ ਵਿੱਚ ਇੰਡੀਵਿਜੁਅਲ ਦੀ ਨਹੀਂ ਚੱਲਦੀ ਹੁੰਦੀ, ਪਾਵਰ ਸਟਰਕਚਰ 'ਚੋਂ ਕੇਸ ਚਲਾ ਜਾਂਦਾ, ਉਹਦੀ ਇੰਡੀਪੈਂਡੈਂਟ ਜਾਂਚ ਹੋਣੀ ਚਾਹੀਦੀ ਸੀ ਉਹਦੀ ਵੀ, ਔਰ ਈਵਨ
ਤਾਂ ਕਿ ਜੋ ਵੀ ਗੱਲ ਹੈ ਲੋਕਾਂ ਦੇ ਸਾਹਮਣੇ ਵੀ ਆਉਣੀ ਚਾਹੀਦੀ ਸੀ ਕਿ ਆਹ ਮਾਮਲਾ ਸੀ ਤੇ ਇਹ ਸਾਹਮਣੇ ਆਇਆ। ਹੁਣ ਜੇ ਟਿੱਪਰ ਵਾਲੇ ਇਹ ਲਾ ਰਹੇ ਨੇ, ਹਰ ਗੱਲ ਐਵੇਂ ਨਹੀਂ ਹੁੰਦੀ ਕਿਸੇ ਇੱਕ ਬੰਦੇ ਤੇ ਵੀ ਵਾਰ ਵਾਰ ਕਹਿੰਦੇ ਉਹ ਲਾ ਰਿਹਾ, ਕਹਿੰਦੇ ਉਹ ਲਾ ਰਿਹਾ, ਇੰਨੇ ਦੋਸ਼ ਲੱਗ ਜਾਣ ਤੇ ਬੰਦਾ ਪਾਕ ਪਵਿੱਤਰ ਹੋਵੇ। ਇਹ ਤਾਂ ਤੁਹਾਨੂੰ ਪ੍ਰਾਈਮਾ ਫੇਸ ਹੀ ਦੇਖਣਾ ਹੀ ਪਊਗਾ ਨਾ, ਐਂ ਤਾਂ ਤੁਸੀਂ ਫੇਸ ਵੈਲਿਊ ਤੇ ਚੱਲ ਨਹੀਂ ਸਕਦੇ ਹੁੰਦੇ। ਜੀ ਹੁਣ ਦੂਜੀ ਗੱਲ ਜਿਹੜੇ ਜਿਹੜਾ ਤਰੀਕਾਕਾਰ ਹੈ, ਤਰੀਕਾਕਾਰ ਤੁਸੀਂ ਦੇਖੋ, ਥੋੜਾ ਜਿਹਾ ਦਿਨਾਂ ਦੀ ਗੱਲ ਹੈ, ਮਾਨਸਾ ਏਰੀਏ ਦੇ ਵਿੱਚ ਆਏ ਖੁੱਡੀਆਂ ਸਾਹਿਬ, ਗੁਰਮੀਤ ਸਿੰਘ ਖੁੱਡੀਆਂ ਜਿਹੜੇ ਚੋਣ ਲੜ ਰਹੇ ਨੇ ਲੋਕ ਸਭਾ ਦੀ, ਉੱਥੇ ਕਿਸਾਨ ਲੀਡਰ ਉਹਨਾਂ ਨੂੰ ਸਵਾਲ ਕਰ ਰਹੇ ਸੀ, ਨਾਲ ਖੜੇ ਸੀ ਸਿੰਗਲਾ ਸਾਹਿਬ ਜਿਨ੍ਹਾਂ ਦੀ ਮੰਤਰੀਸ਼ਿਪ ਲਈ ਜਿਹੜੇ ਹੈਲਥ ਮਿਨਿਸਟਰ ਸੀਗੇ, ਤੇ ਅੱਜ ਨਾਲ ਖੜੇ। ਉਹ ਕਹਿੰਦੇ ਬਾਕੀ ਛੱਡੋ ਜੀ, ਤੁਸੀਂ ਪਹਿਲਾਂ ਖੇਤੀ ਦਾ ਕੀਤਾ, ਉਹ ਕਹਿੰਦੇ ਜੀ ਇਹ ਛੱਡੋ, ਉਹ ਕਹਿੰਦੇ ਜੀ ਆਹ MLA ਖੜੇ ਨੇ ਤੁਹਾਡੇ ਨਾਲ, ਚੀਫ ਮਿਨਿਸਟਰ ਨੇ ਘਰ ਬੁਲਾ ਕੇ ਅਰੈਸਟ ਕਰਾਇਆ, ਇਹ ਹੁਣ ਵੀ ਦਾਅਵਾ ਕਰ ਰਹੇ ਨੇ ਤੁਹਾਡੇ ਕਿ ਮੈਂ ਤਾਂ ਉਹ ਬਿਲਕੁਲ ਇੱਕ ਪੈਸੇ ਦਾ ਵੀ ਮੇਰਾ ਲੈਣ ਦੇਣ ਨਹੀਂ ਹੈ। ਤੇ ਜੇ ਇੱਕ ਵੀ ਪੈਸੇ ਦਾ ਲੈਣ ਦੇਣ ਨਹੀਂ ਤਾਂ ਚੀਫ ਮਿਨਿਸਟਰ ਨੇ ਝੂਠ ਬੋਲ ਕੇ ਇਹਨਾਂ ਦੀ ਮਿਨਿਸਟਰੀ ਕਿਉਂ ਲਈ, ਤੇ ਇਹ ਸਾਨੂੰ ਦੱਸੋ ਤੁਹਾਡੀ ਸਰਕਾਰ ਕਿਵੇਂ ਚੱਲਦੀ। ਜੇ ਇਹਨਾਂ ਨੇ ਕੁਝ ਕੀਤਾ ਸੀ ਤਾਂ ਐਵੇਂ ਕਿਵੇਂ ਬਾਹਰ ਨੇ ਸਾਰਾ ਕੁਝ ਕਰਦੇ ਫਿਰਦੇ, ਇਦੋਂ ਵੱਧ ਤੁਸੀਂ ਕਿਉਂ ਨਹੀਂ, ਤੁਹਾਡੇ ਨਾਲ ਵੋਟਾਂ ਕਿਵੇਂ ਮੰਗਦੇ ਫਿਰ ਰਹੇ ਨੇ। ਔਰ ਗੁਰਮੀਤ ਸਿੰਘ ਖੁੱਡੀਆਂ ਖੜ ਗਏ, ਹੁਣ ਫਿਰ ਕੀ ਜਵਾਬ ਦੇਣ? ਉਹ ਕਹਿੰਦੇ ਮੇਰੇ ਲੈਵਲ ਦਾ ਮਾਮਲਾ ਨਹੀਂ ਹੈ, ਇਹਦਾ ਤੁਸੀਂ ਚੀਫ ਮਿਨਿਸਟਰ ਤੋਂ ਪੁੱਛਣਾ, ਜਵਾਬ ਕੀ ਦਊਗਾ ਕੋਈ? ਇਹ ਮੈਰਿਜ ਤਾਂ ਕਰਦੀਆਂ ਨੇ ਚੀਜ਼ਾਂ ਜਦੋਂ ਤੁਹਾਡੇ ਸਾਹਮਣੇ ਆਉਂਦੀਆਂ ਨੇ। ਫਿਰ ਫੌਜਾ ਸਿੰਘ ਸਰਾਰੀ ਦਾ ਮਾਮਲਾ, ਤੁਸੀਂ ਉਹਦੀ ਮਿਨਿਸਟਰੀ ਲੈ ਲਈ, ਤੇ ਉਹੀ ਕਾਰਡੀਓ ਦੇ ਮਾਮਲੇ ਦੇ ਵਿੱਚ ਰੌਲਾ ਚੱਲਿਆ ਜੀ, ਮਿਨਿਸਟਰੀ ਲੈ ਲਈ, ਵਿਚਾਰਾ ਉਹ MLA ਆਗਰਾ ਕਹਿੰਦਾ ਉਸ ਤੋਂ ਬਾਅਦ ਵੀ ਨਹੀਂ। ਜੇ ਉਹਨੇ ਕੋਈ ਕ੍ਰਾਈਮ ਕੀਤਾ ਸੀ FIR ਕਿੱਥੇ ਹੈ, ਤੇ ਉਹਦਾ ਸਜ਼ਾ ਕਿੱਥੇ ਆ, ਬਾਕੀ ਦੀਆਂ ਗੱਲਾਂ ਕਿੱਥੇ ਚੱਲ ਰਹੀਆਂ ਨੇ? ਔਰ ਕਟਾਰੂ ਚੱਕ ਦੇ ਮਾਮਲੇ 'ਚ ਵੀ ਤੁਹਾਡੇ ਕੋਲ ਇੱਕ ਗੱਲਾਂ ਆਈਆਂ, ਉਹ ਤਾਂ ਇੱਕ SIT ਬਣਾ ਕੇ ਚਲੋ ਤੁਸੀਂ ਰਿਪੋਰਟ ਲੈ ਲਈ ਜੀ, ਉਹਨੂੰ ਦੱਸਿਆ ਵੀ ਇਹ ਨਹੀਂ ਹੈ। ਕਿੰਨੇ ਮਾਮਲੇ ਜਿਹੜੇ ਤੁਹਾਡੇ ਕੋਲ ਆ ਰਹੇ ਨੇ, ਜਿਹੜੀ ਤੁਹਾਡੀ ਤਾਂ ਪਾਰਟੀ ਹੀ ਘੱਟੋ ਘੱਟ ਐਂਟੀ ਕਰਪਸ਼ਨ ਵੀ ਮੋਰਲ ਕੁਐਸਚਨ ਹੀ ਆ ਬਹੁਤ ਵੱਡਾ, ਉਹਦੇ ਤੇ ਆਈ ਸੀ, ਉਸ ਸਟਰਗਲ 'ਚੋਂ ਆਈ ਸੀ। ਔਰ ਜੇ ਇਹ ਐਲੀਗੇਸ਼ਨ ਲੱਗਿਆ, ਔਰ ਜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਖੱਡਾਂ ਦਾ ਜੇ ਬਹੁਤ ਸਾਰੀ ਕਰਪਸ਼ਨ ਬੰਦ ਕਰ ਦੇਣੀ ਹੈ, ਔਰ ਬੰਦ ਤਾਂ ਕੀ ਹੋਣੀ ਹੈ, ਲੋਕ ਕਹਿ ਰਹੇ ਨੇ ਉਵੇਂ ਹੀ ਰੇਤਾ ਮਿਲ ਰਿਹਾ, ਉਵੇਂ ਹੀ ਖੱਡਾਂ ਚੱਲ ਰਹੀਆਂ ਨੇ, ਐਫੀਡੈਫਟ ਨੇ ਤਾਂ BSF ਤੋਂ ਲੈ ਕੇ ਗਵਰਨਮੈਂਟ ਆਫ ਇੰਡੀਆ ਤੋਂ ਲੈ ਕੇ ਡਿਫਰੈਂਟ ਲੋਕਾਂ ਦੇ ਹਾਈਕੋਰਟ ਦੇ ਵਿੱਚ ਕਿ ਕਿਵੇਂ ਇਹ ਚੀਜ਼ਾਂ ਚੱਲ ਰਹੀਆਂ ਨੇ ਧੰਦਾ। ਪਰ ਫਿਰ ਵੀ ਜੇ ਕੋਈ ਬੰਦਾ ਸਾਹਮਣੇ ਆ ਰਹੇ ਨੇ, ਹੁਣ ਤਾਂ ਇੱਕ ਐਸੋਸੀਏਸ਼ਨ ਆ ਰਹੀ ਹੈ, ਤਾਂ ਇਹਦੀ ਜਾਂਚ ਕੀ ਕਰਾਈ ਜਾਏਗੀ? ਔਰ ਜੇ ਇਹਦੀ ਜਾਂਚ ਨਹੀਂ ਕਰਾਈ ਜਾਂਦੀ ਉੱਚ ਪੱਧਰੀ, ਤਾਂ ਇਹਦਾ ਮਤਲਬ ਤੁਹਾਡਾ ਜਿਹੜਾ ਕੱਟੜ ਇਮਾਨਦਾਰੀ ਵਾਲਾ ਇਮੇਜ ਹੈ ਜਾਂ ਉਹ ਹੈ, ਉਹ ਲਗਾਤਾਰ ਡੈਂਟ ਹੋ ਰਿਹਾ, ਚਾਹੇ ਐਕਸਾਈਜ਼ ਪਾਲਿਸੀ ਦੇ ਵਿੱਚ ਬੰਦੇ ਅੰਦਰ ਤੋਂ ਬਾਅਦ ਵੀ, ਤੇ ਫਿਰ ਹੋਰ ਹੁੰਦਾ ਜਾਊਗਾ ਹੌਲੀ ਹੌਲੀ, ਤਾਂ ਜਿਹੜਾ ਇੱਕੋ ਇੱਕ ਸੈਲਿੰਗ ਪੁਆਇੰਟ ਸੀ ਉਹਨੂੰ ਫਿਰ ਕੌਣ ਦੇਖੇਗਾ, ਪਾਰਟੀ ਦਾ ਫਿਊਚਰ ਕੀ ਹੋਏਗਾ? ਵੈਸੇ ਤਾਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਇੱਕ TV ਚੈਨਲ ਨਾਲ ਇੰਟਰਵਿਊ ਦੌਰਾਨ ਇਹ ਕਿਹਾ ਕਿ ਮੇਰੇ ਤੇ ਲੱਗੇ ਦੋਸ਼ ਬੇਬੁਨਿਆਦ ਨੇ, ਇਹਨਾਂ 'ਚ ਕੋਈ ਸੱਚਾਈ ਹੈ ਨਹੀਂ ਗੀ, ਅਸੀਂ ਉਹਨਾਂ ਨਾਲ ਸੰਪਰਕ ਕਰਨ ਦਾ ਯਤਨ ਇਸ ਕਰਕੇ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਜਿਹੜਾ ਇਹ ਪੱਖ ਹੈ ਉਹ ਇੱਕ ਤੋਂ ਵੱਧ ਜਗ੍ਹਾ ਤੇ ਆ ਚੁੱਕਿਆ, ਔਰ ਉਹਨਾਂ ਦੀ ਸਫਾਈ ਨੂੰ ਅਸੀਂ ਇੱਥੇ ਵੀ ਐਜ ਇਟ ਇਜ ਲੈ ਰਹੇ ਹਾਂ ਕਿ ਇਹ ਸਭ ਦੋਸ਼ ਬੇਬੁਨਿਆਦ ਨੇ। ਪਰ ਜਿਹੜੀ ਦੂਜੀ ਧਿਰ ਨੇ ਲਿਖਤੀ ਸ਼ਿਕਾਇਤ ਦਿੱਤੀ ਆ, ਦੋਨਾਂ ਪੱਖਾਂ ਤੋਂ ਇਸ ਗੱਲ ਦੀ ਸੱਚਾਈ ਤਾਂ ਹੀ ਸਾਹਮਣੇ ਆ ਸਕਦੀ ਹੈ ਜਿਹਦੀ ਜਾਂਚ ਹੋਵੇ। ਤੇ ਹੁਣ ਤੱਕ ਸੱਤਾਧਾਰੀਆਂ ਦਾ ਤਰੀਕਾਕਾਰ ਇਹੀ ਹੈ ਕਿ ਜੇ ਬਾਹਰੋਂ ਦੋਸ਼ ਲੱਗ ਜਾਣ, ਜਿਵੇਂ ਹੁਣ ਬਿਕਰਮ ਮਜੀਠੀਆ ਨੇ ਇਹਨੂੰ ਟਵੀਟ ਕਰਤਾ ਜਾਂ ਉਹਨਾਂ ਨੇ ਵੀ ਇਹਨੂੰ ਸੋਸ਼ਲ ਮੀਡੀਆ ਤੇ ਅੱਗੇ ਵਧਾਤਾ, ਤੇ ਮੰਨਿਆ ਜਾਂਦਾ ਹੈ ਕਿ ਬਿਕਰਮ ਹੋਵੇ, ਖਹਿਰਾ ਹੋਵੇ ਜਾਂ ਕੁਛ ਹੋਰ ਬੰਦੇ, ਜਦੋਂ ਉਹ ਕਿਸੇ ਚੀਜ਼ ਨੂੰ ਹੱਥ 'ਚ ਲੈਂਦੇ ਆ ਵੀ ਸਰਕਾਰ ਕਹਿੰਦੀ ਜੋ ਕਰਨਾ ਕਰ ਲਓ, ਅਸੀਂ ਨਹੀਂ ਮੰਨਦੇ। ਸੋ ਇਹਦੀ ਜਾਂਚ ਪਤਾ ਨਹੀਂ ਹੁੰਦੀ ਹੈ ਕਿ ਨਹੀਂ ਹੁੰਦੀ, ਤੇ ਇਹਦੇ ਤੇ ਚੋਣ ਕਮਿਸ਼ਨ ਜੇ ਆਪਣੇ ਤੌਰ ਤੇ ਕੋਈ ਇਹਨੂੰ ਕਰ ਸਕਦਾ ਕਿ ਨਹੀਂ, ਇਹ ਵੀ ਇਹ ਦੇਖਣ ਵਾਲੀ ਗੱਲ ਹੋਊਗੀ। ਸ਼ਾਇਦ ਜੇ ਮੁੱਖ ਮੰਤਰੀ ਨੇ ਪਾਕ ਦਾਮਨ ਜਾਣਾ ਹੈ ਚੋਣਾਂ 'ਚ ਤਾਂ ਉਹ ਇੱਕ ਜਾਂਚ ਤਾਂ ਬਿਠਾਈ ਸਕਦੇ ਆ। ਖੈਰ ਆਪਾਂ ਹੁਣ ਚੱਲਦੇ ਹਾਂ ਜੀ ਅੱਗੇ, ਸਿੱਖ ਮਾਮਲੇ, ਪੰਥਕ ਮਾਮਲੇ,
ਕਾਫੀ ਦੇਰ ਤੋਂ ਬੈਕ ਸਟੇਜ ਚਲੇ ਗਏ। ਇਸ ਸਰਕਾਰ ਦੇ ਆਉਣ ਤੋਂ ਬਾਅਦ ਲਗਭਗ ਇਹ ਮੰਨਿਆ ਜਾ ਰਿਹਾ ਸੀ ਕਿ ਸਿੱਖ ਪੋਲੀਟਿਕਸ ਪਿੱਛੇ ਆ ਥੋੜਾ ਜਿਹਾ ਚਲੇਗੀ, ਔਰ ਸਿੱਖ ਪੋਲੀਟਿਕਸ ਦਾ ਇੱਕ ਵੱਡਾ ਹਿੱਸਾ ਆਮ ਆਦਮੀ ਪਾਰਟੀ ਨੂੰ ਵੀ ਭੁਗਤਿਆ ਦੂਜਿਆਂ ਵਾਂਗ। ਹੁਣ ਅੰਮ੍ਰਿਤਪਾਲ ਦੇ ਇਲੈਕਸ਼ਨ ਲੜਨ ਨਾਲ, ਇਲੈਕਸ਼ਨ ਦਾ ਉਮੀਦਵਾਰ ਬਣਨ ਨਾਲ ਖਡੂਰ ਸਾਹਿਬ ਤੋਂ ਚੋਣ ਦੇ ਵਿੱਚ, ਤੇ ਇਹ ਮਾਮਲਾ ਫਿਰ ਸੈਂਟਰ ਸਟੇਜ ਆ ਰਿਹਾ। ਹੁਣ ਇਹ ਚਰਚਾ ਹੋ ਰਹੀ ਆ, ਜਦੋਂ ਮੈਂ ਇਹਨੂੰ ਦੇਖ ਰਿਹਾ ਵਿਰਸਾ ਸਿੰਘ ਵਲਟੋਆ ਦੇ ਨਜ਼ਰੀਏ ਤੋਂ ਕਿ ਉਹਨਾਂ ਨੇ ਇੱਕ ਚੈਲੰਜ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਕੋਈ ਵੀ ਸੱਜਣ ਆ ਜੇ, ਇੱਕ ਬੰਦ ਕਮਰੇ 'ਚ ਬਹਿ ਲਈਏ ਤੇ ਆਪਾਂ ਨਿਤਾਰਾ ਕਰ ਲਈਏ ਵੀ ਇੱਥੇ ਕੁਰਬਾਨੀ ਕਿਹਦੀ ਆ, ਕੌਣ ਅਹਿਮ ਆ, ਇਹ ਇਲੈਕਸ਼ਨ ਦਾ ਹੱਕ ਕਿਹਨੂੰ ਆ। ਮਤਲਬ ਪੰਥਕ ਉਮੀਦਵਾਰ ਵਜੋਂ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਹੋਊਗਾ ਕਿ ਕੌਣ ਜ਼ਿਆਦਾ ਅਹਿਮ ਆ। ਉਹਨਾਂ ਨੇ ਉੱਥੇ ਇਹ ਵੀ ਗੱਲਾਂ ਕੀਤੀਆਂ ਕਿ ਮੈਂ ਕਦੋਂ ਤੋਂ ਲੈ ਕੇ ਕਦੋਂ ਤੱਕ ਕਿੰਨੀ ਕੁ ਲੜਾਈ ਲੜੀ ਆ, ਤੇ ਇਸ ਰਜੀਮ 'ਚ ਮੈਨੂੰ ਸੰਤਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ। ਉਹਨਾਂ ਨੇ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਸਾਹਮਣੇ ਰੱਖੀਆਂ ਨੇ। ਔਰ ਇਹਦੇ ਨਾਲ ਨਾਲ ਹੀ ਆਪਾਂ ਇੱਕ ਕੱਲ ਇੰਟਰਵਿਊ ਹੋਰ ਵੀ ਦੇਖ ਰਹੇ ਸੀ ਜਿਹਦੇ 'ਚ ਰਾਜਦੇਵ ਸਿੰਘ ਖਾਲਸਾ, ਜਿਹਨਾਂ ਦੇ ਬਾਰੇ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਸੀ ਤੇ ਉਹੀ ਸੂਤਰਧਾਰ ਵੀ ਲੱਗੇ, ਉਹੀ ਉਹਨਾਂ ਦਾ ਐਲਾਨ ਹੀ ਬਾਅਦ ਦੇ ਵਿੱਚ ਪ੍ਰਵਾਨ ਚੜਿਆ, ਪਰਿਵਾਰ ਨੇ ਨਾਂਹ ਵੀ ਕੀਤੀ ਸੀਗੀ। ਇਹਦਾ ਮਤਲਬ ਉਹ ਵੀ ਅਹਿਮ ਨੇ। ਉਹ ਤੇ ਉੱਥੇ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਕਿ ਕੀ ਕਿਸੇ ਮੌਕੇ ਜਾ ਕੇ ਇਹਨਾਂ ਦੇ ਕਾਗਜ਼ ਰੱਦ ਹੋ ਸਕਦੇ, ਚੋਣ ਲੜਨ ਤੋਂ ਰੋਕਿਆ ਵੀ ਜਾ ਸਕਦਾ, ਉਹਨਾਂ ਦਾ ਵੀ ਉਹ 'ਚ ਜਵਾਬ ਕਾਫੀ ਅਹਿਮ ਸੀਗਾ, ਉਹਨੂੰ ਵੀ ਲੈਂਦੇ ਹਾਂ। ਇੱਕ ਹੋਰ ਮਾਮਲਾ ਸਾਹਮੀਰ ਸਿੰਘ ਜੀ, ਇਹਦੇ 'ਚ ਜਿਹੜਾ ਮੈਂ ਦੇਖ ਰਿਹਾ ਉਤਸ਼ਾਹ ਤਾਂ ਬਣ ਹੀ ਰਿਹਾ ਖਡੂਰ ਸਾਹਿਬ ਦੇ ਵਿੱਚ, ਜਿਸ ਤਰੀਕੇ ਨਾਲ ਅੰਮ੍ਰਿਤਪਾਲ ਦੇ ਹਮਾਇਤੀ ਪ੍ਰਚਾਰ ਕਰ ਰਹੇ ਨਾ, ਉਹ ਵੀ ਨਵੇਕਲਾ। ਔਰ ਇੱਥੇ ਹੀ ਇੱਕ ਗੱਲ ਜਿਹੜੀ ਕੱਲ ਮੈਂ ਦੇਖੀ ਆ ਕਿ ਰਵਨੀਤ ਸਿੰਘ ਬਿੱਟੂ, ਸਿੱਖ ਇਸ਼ੂਸ ਦਾ ਮਾਮਲਾ ਹੈ, ਉਹ ਰਾਹੁਲ ਗਾਂਧੀ ਤੇ ਹਮਲਾ ਬੋਲ ਰਹੇ ਸੀਗੇ। ਉਹ ਕਹਿੰਦੇ ਕਿ ਰਾਹੁਲ ਗਾਂਧੀ ਨੇ ਮੈਨੂੰ ਬੇਅੰਤ ਸਿੰਘ ਦੇ ਹਥਿਆਰਿਆਂ ਨੂੰ ਮਾਫ਼ ਕਰਨ ਲਈ ਕਿਹਾ ਸੀਗਾ। ਮਤਲਬ ਇੱਕ ਤਰ੍ਹਾਂ ਨਾਲ ਉਹਨਾਂ ਤੇ ਐਲੀਗੇਸ਼ਨ ਲਾ ਰਹੇ ਨੇ। ਸਿੱਖ ਸਾਇਕੀ ਦੇ ਨਜ਼ਰੀਏ ਤੋਂ ਇਹ ਵੀ ਚੀਜ਼ ਅਹਿਮ ਆ ਕਿ ਰਾਹੁਲ ਗਾਂਧੀ ਕਾਂਗਰਸ ਹਾਈਕਮਾਂਡ ਕਿਵੇਂ ਰਿਐਕਟ ਕਰ ਰਹੀ ਸੀ ਚੀਜ਼ਾਂ ਨੂੰ। ਸੋ ਤਿੰਨ ਚਾਰ ਚੀਜ਼ਾਂ ਇਹ ਇਕੱਠੀਆਂ ਨੇ, ਤੁਸੀਂ ਇਹਨਾਂ ਨੂੰ ਕਿਵੇਂ ਲੈ ਰਹੇ ਹੋ? ਪਹਿਲੀ ਗੱਲ ਤਾਂ ਇੱਕ ਗੱਲ ਇਹ ਹੈ ਕਿ ਜਦੋਂ ਤੋਂ ਵੀ ਅੰਮ੍ਰਿਤਪਾਲ ਦੇ ਚੋਣ ਲੜਨ ਦਾ ਐਲਾਨ ਹੋਇਆ ਉਦੋਂ ਤੋਂ ਇੱਕ ਬਦਲਾਅ ਆਇਆ ਉਸ ਲੈਵਲ ਤੇ ਚਰਚਾ 'ਚ, ਨੈਰੇਟਿਵ 'ਚ, ਪੰਜਾਬ ਦੇ ਘੱਟੋ ਘੱਟ ਖਡੂਰ ਸਾਹਿਬ ਦੇ ਨੈਰੇਟਿਵ 'ਚ ਵੀ ਔਰ ਬਾਕੀ ਜਗ੍ਹਾ ਵੀ। ਜਿਹੜੀ ਇੱਕ ਨੋਰਮਲ ਜੀ ਸੀਟ ਦੇ ਐਂਗਲ ਤੋਂ ਪਹਿਲਾਂ ਸੀ ਕੌਣ ਆਏਗਾ ਕੌਣ ਨਹੀਂ ਆਏਗਾ, ਉਹ ਨੋਰਮਲੀ ਹੁਣ ਇੱਕ ਇੰਪੋਰਟੈਂਟ ਸੀਟ ਦੇ ਤੌਰ ਤੇ ਮੇਰੇ ਖਿਆਲ ਸਭ ਤੋਂ ਜ਼ਿਆਦਾ ਇਹ ਗੱਲ ਹੀ ਉਸ ਸੀਟ ਤੇ ਹੋਣ ਲੱਗ ਗਈ ਹੈ ਕੀ ਹੋਏਗਾ ਕੀ ਨਹੀਂ ਹੋਏਗਾ। ਤੇ ਇਹ ਪ੍ਰੈਸ਼ਰ ਵੀ ਬਿਲਡ ਅਪ ਹੋਣਾ ਸ਼ੁਰੂ ਹੋ ਗਿਆ ਕਿ ਅਕਾਲੀ ਦਲ ਆਪਣਾ ਕੈਂਡੀਡੇਟ ਬਿਠਾਵੇ, ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਕੈਂਡੀਡੇਟ ਵਿਦਡਰਾ ਕਰ ਲਿਆ, ਇਹ ਸਾਰਾ ਚੀਜ਼ਾਂ ਚੱਲੀਆਂ। ਤੇ ਹੁਣ ਉਹ ਜੀਰਾ ਉਹਨੇ ਵੀ ਕੱਲ੍ਹ ਕਹਿ ਰਹੇ ਸੀ ਕਿ ਮੈਂ ਵੀ ਪੰਥਕ ਪਰਿਵਾਰ 'ਚੋਂ ਹਾਂ, ਖੈਰ ਬਲਟੋਆ ਕਹਿ ਰਹੇ ਨੇ ਮੈਂ ਵੀ ਹਾਂ, ਅੰਮ੍ਰਿਤਪਾਲ ਉਹਨਾਂ ਦੇ ਤਾਂ ਕੰਪੇਨ ਹੀ ਉਹੀ ਹੈ ਕਿ ਇੱਕ ਪਾਸੇ ਪੰਥਕ ਹੈ। ਇਕੱਲਾ ਪੰਥਕ ਹੋਣਾ ਜਾਂ ਨਾ ਪੰਥਕ ਹੋਣ ਦਾ ਜਿਹੜਾ ਪ੍ਰਚਾਰ ਹੈ ਇਹ ਤਾਂ ਫਿਰ ਲਿਮਿਟਡ ਹੋ ਜਾਏਗਾ ਉਸੇ ਲੈਵਲ ਦੇ ਉੱਤੇ। ਔਰ ਇਹਦੀ ਬਜਾਏ ਪੰਥ ਦੀਆਂ ਲੋੜਾਂ ਕੀ ਨੇ, ਪੰਜਾਬ ਦੀਆਂ ਲੋੜਾਂ ਕੀ ਨੇ, ਕਿਹੜੇ ਇਸ਼ੂਜ ਨੇ, ਕਿਹੜੇ ਕਿਹੜੇ ਇਸ਼ੂਜ ਕਿਵੇਂ ਐਡਰੈਸ ਹੋ ਸਕਦੇ ਨੇ, ਕਿਹੜੀ ਧਾਰਾ ਹੈ ਜਿਹੜੀ ਉਹਨਾਂ ਨੂੰ ਐਡਰੈਸ ਕਰ ਸਕਦੀ ਹੈ, ਕਿਸ ਤਰੀਕੇ ਨਾਲ ਕਰ ਸਕਦੀ ਹੈ, ਔਰ ਉਹਨਾਂ ਦਾ ਹਾਂ ਉਹਨਾਂ ਦੇ ਵਿੱਚ ਇੰਡੀਵਿਜੁਅਲ ਰੋਲ ਵੀ, ਉਹ ਡਿਸਕਸ਼ਨ ਦੇ ਕੁਐਸਚਨ ਜੇਕਰ ਹੈਗੇ ਨੇ। ਜਿਹੜਾ ਬਲਟੋਆ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਜਾਂ ਜਲੰਧਰ ਕਿਸੇ ਵੀ ਟੀਵੀ ਚੈਨਲਾਂ ਦੇ ਮੌਜੂਦਗੀ ਦੇ ਵਿੱਚ ਅਸੀਂ ਗੱਲ ਕਰ ਲੈਂਦੇ ਹਾਂ, ਉਹ ਕਿਸੇ ਨੂੰ ਵੀ ਭੇਜ ਦੇਣ ਆਪਣੇ ਬੰਦੇ ਨੂੰ, ਤੇ ਜੇ ਮੈਂ ਮੇਰੇ 'ਚ ਕੋਈ ਕਮੀ ਲੱਗੀ, ਮੈਂ ਮਤਲਬ ਦਾਗੀ ਸਾਬਤ ਹੋਇਆ ਜਾਂ ਮੈਂ ਕੋਈ ਕੰਮ ਮੈਂ ਨਾ ਆਪਣੀ ਗੱਲ ਨੂੰ ਸਾਬਤ ਕਰ ਸਕਿਆ ਤਾਂ ਮੈਂ ਵਿਦਡਰਾ ਕਰ ਜਾਊਂਗਾ, ਇਹ ਵੀ ਉਹਨਾਂ ਨੇ ਕਿਹਾ।
ਪਰ ਰੌਲਾ ਕੱਲਾ ਇੱਕ ਦਾ ਕੁਐਸਚਨ ਨਹੀਂ, ਤੁਸੀਂ ਡੈਮੋਕ੍ਰੇਸੀ 'ਚ ਲੜਾਈ ਲੜ ਰਹੇ ਹੋ, ਚੋਣ ਜਿੱਤਣ ਦੀ ਲੜਾਈ ਰਹੇ ਹੋ, ਸਾਰੇ ਕੈਂਡੀਡੇਟ ਨੇ, ਤਾਂ ਕਿਉਂ ਨਾ ਰੌਲਾ ਤਾਂ ਪੰਜਾਬ ਤੇ ਪੰਥ ਦੀ ਬਿਹਤਰੀ ਦਾ ਨਾ ਫਿਰ, ਨਾ ਕਿ ਦੋ ਬੰਦਿਆਂ ਦੀ ਬਿਹਤਰੀ ਦਾ, ਬੰਦਾ ਕੌਣ ਠੀਕ ਹੈ ਕੌਣ ਨਹੀਂ ਹੈ, ਤਾਂ ਫਿਰ ਇਹਦੇ ਤੇ ਗੱਲ ਕਿਉਂ ਨਾ ਹੋਵੇ, ਇਕੱਲਾ ਮਜਮਾ ਲਾ ਕੇ ਉੱਥੇ ਕਿਸੇ ਵੀ ਇੱਕ ਜਗ੍ਹਾ ਸਾਰੇ ਕੈਂਡੀਡੇਟ ਬੈਠਣ, ਹਰ ਬੰਦਾ ਕਹੇ, ਉਹ ਕਿਹੜਾ ਜਿਹੜੇ ਬਾਕੀ ਦੇ ਦੋ ਖੜੇ ਨੇ ਆਪਣੇ ਆਪ ਨੂੰ ਨੌਂ ਪੰਥ ਕਹਾਉਣ ਕਹਾਉਣਗੇ, ਚਾਹੇ ਲਾਲਜੀਤ ਭੁੱਲਰ ਰਹੇ ਚਾਹੇ ਮਨਜੀਤ ਮੰਨਾ ਉਹਨੀ ਨੇ, ਮਨਜੀਤ ਤੇ ਪੰਜ ਕੈਂਡੀਡੇਟ ਤਾਂ ਇਹੋ ਜਿਹੇ ਨੇ ਲਗਭਗ, ਸ਼ਕਲ ਸੂਰਤ ਤੋਂ ਤਾਂ ਸਾਰੇ ਹੀ ਸਿੱਖ ਨੇ ਉੱਥੇ ਜਿਹੜੇ ਇਹੋ ਜਿਹੇ ਖੜੇ ਨੇ, ਤਾਂ ਉੱਥੇ ਪਾਰਟੀਆਂ ਦਾ ਤੁਹਾਡੀਆਂ ਦੀ ਅਪਰੋਚ ਕੀ ਹੈ, ਹਿਸਟੋਰੀਕਲੀ ਕੀ ਰਹੀ, ਅੱਗੇ ਨੂੰ ਕੀ ਹੋਊਗੀ, ਪਾਰਲੀਮੈਂਟ 'ਚ ਜਾ ਕੇ ਕੋਈ ਨੁਮਾਇੰਦਾ ਕੀ ਕਹੂਗਾ, ਕੀ ਕਰ ਸਕਦਾ, ਕੀ ਹੋਣਾ ਚਾਹੀਦਾ ਸੀ, ਕੀ ਨਹੀਂ ਹੋਇਆ, ਉਹ ਸਾਰੇ ਮੁੱਦਿਆਂ ਦੇ ਉੱਤੇ ਉਭਰਨ, ਜੇ ਚਰਚਾ ਹੋ ਜੇ ਤਾਂ ਇੱਕ ਤਰੀਕਾ ਡੈਮੋਕ੍ਰੇਸੀ 'ਚ ਚੰਗਾ ਹੈ ਮੇਰੇ ਖਿਆਲ ਬੈਠ ਕੇ, ਔਰ ਸਿਲੈਕਟਡ ਆਡੀਅੰਸ ਵੀ ਹੋਵੇ ਤਾਂ ਵੀ ਚੰਗਾ, ਭੀੜ ਤਾਂ ਨਹੀਂ ਕਿਉਂਕਿ ਗੱਲ ਨਹੀਂ ਹੋਏਗੀ, ਰੈਸ਼ਨਲੀ ਭੀੜ ਦੇ ਵਿੱਚ ਕਦੇ ਵੀ ਨਹੀਂ ਹੁੰਦੀ, ਉਹ ਹਜੂਮ ਤਾਂ ਫਿਰ ਜਾਂ ਗਦਾਰੀ ਦਾ ਸਰਟੀਫਿਕੇਟ ਦਿੰਦਾ ਜਾਂ ਦੇਸ਼ ਭਗਤੀ ਦਾ ਦਿੰਦਾ ਜਾਂ ਪੰਥ ਪ੍ਰਸਤ ਦਾ ਦਿੰਦਾ ਜਾਂ ਪੰਥ ਵਿਰੋਧੀ ਦਾ ਦਿੰਦਾ, ਇਦੋਂ ਬਿਨਾਂ ਵਾਲਾ ਹੈ ਹੀ ਨਹੀਂ ਹੈ ਗੱਲ, ਔਰ ਜੇਕਰ ਇਹ ਚੱਲੇ ਤਾਂ ਪੰਥ ਦੇ ਤੇ ਪੰਜਾਬ ਦੇ ਸਭ ਤੋਂ ਵੱਡੇ ਭਲੇ 'ਚ ਇਹ ਗੱਲ ਹੈ ਕਿ ਤੁਹਾਡੀ ਟੈਸਟਿੰਗ ਹੋਣੀ ਚਾਹੀਦੀ ਹੈ ਕਿ ਤੁਹਾਡੀ ਕੀ ਅਪਰੋਚ ਹੈ, ਕਲੈਰਿਟੀ ਆਫ ਥਾਟ ਕੀ ਹੈ ਤੁਹਾਡੇ ਕੋਲ, ਤੁਸੀਂ ਕਿਸ ਲੈਵਲ ਦੀ ਗੱਲ ਕਰਦੇ ਹੋ, ਤਾਂ ਇੱਕ ਚੰਗੀ ਗੱਲ ਹੋਏਗੀ ਮੈਨੂੰ ਲੱਗਦਾ ਜੇਕਰ ਇਸ ਪਾਸੇ ਵੱਲ ਕੋਈ ਧੁਰਦੀਆਂ ਨੇ। ਮੈਂ ਤਾਂ ਮੈਨੂੰ ਤਾਂ ਲੱਗਦਾ 13 ਦੀਆਂ 13 ਸੀਟਾਂ 'ਚ ਹੀ ਇਹੋ ਜਿਹਾ ਪ੍ਰੋਸੈਸ ਸਟਾਰਟ ਹੋਣਾ ਚਾਹੀਦਾ ਔਰ ਵੱਖ ਵੱਖ ਧਿਰਾਂ ਨੂੰ ਉਹ ਕਰਨਾ ਚਾਹੀਦਾ। ਤੁਸੀਂ 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 ਤਾਂ ਪਹਿਲਾਂ ਵੀ ਕਹਿ ਰਹੇ ਸੀ ਵੀ ਆਪਾਂ ਹੀ ਇਹ ਤੇ ਯਤਨ ਕਰੀਏ, ਪਰ ਬਹੁਤੀ ਥਾਈਂ ਉਮੀਦਵਾਰ ਇਕੱਠੇ ਹੋਣ ਤੋਂ ਝਿਜਕਦੇ ਨੇ, ਇੱਕ ਦੂਜੇ ਨੂੰ ਫੇਸ ਨਹੀਂ ਕਰਨਾ ਚਾਹੁੰਦੇ, ਔਖੇ ਸਵਾਲਾਂ ਤੋਂ ਵੀ ਭੱਜਦੇ ਨੇ। ਵੈਸੇ ਤਾਂ ਹਮੀਰ ਸਿੰਘ ਜੀ, ਮੈਂ ਸੁਖਬੀਰ ਸਿੰਘ ਬਾਦਲ ਨੂੰ ਇੱਕ ਤੋਂ ਵੱਧ ਵਾਰੀ ਇਹ ਬੋਲਦੇ ਸੁਣਿਆ। ਇੱਕ ਜਗ੍ਹਾ ਤੇ ਉਹ ਕਹਿ ਰਹੇ ਸੀ ਵੀ ਦੇਖੋ ਮੈਂ ਤਾਂ ਫੈਸਲਾ ਕਰ ਲਿਆ ਕਿ ਆਪਾਂ ਭਾਵੇਂ ਕੋਈ ਵੀ ਸੀਟ ਨਾ ਜਿੱਤੀਏ, ਆਪਾਂ ਭਾਵੇਂ 27 ਚ ਵੀ ਕੋਈ ਨਾ ਜਿੱਤੀਏ, ਆਪਾਂ ਭਾਵੇਂ 32 ਚ ਵੀ ਕੋਈ ਨਾ ਜਿੱਤੀਏ, ਆਪਾਂ ਸਮਝੌਤਾ ਨਹੀਂ ਕਰਨਾ, ਕੰਪਰੋਮਾਈਜ਼ ਨਹੀਂ ਕਰਨਾ। ਮੈਂ ਫੈਸਲਾ ਕੀਤਾ, ਮੈਂ ਪਾਰਟੀ ਚ ਵੀ ਕਹਿਤਾ, ਮੈਂ ਲੋਕਾਂ ਨੂੰ ਵੀ ਕਹਿ ਰਿਹਾ ਵੀ ਆਪਾਂ ਸਮਝੌਤਾ ਨਹੀਂ ਕਰਨਾ, ਆਪਾਂ ਲੜਨਾ ਪੰਥ ਲਈ, ਆਪਾਂ ਲੜਨਾ ਪੰਜਾਬ ਲਈ। ਮੈਂ ਇਹਦੇ ਅਰਥ ਗਹਿਨ ਅਧਿਐਨ ਇਹਦਾ ਜੇ ਹੋਵੇ ਕਿਤੇ, ਮੈਂ ਇਹਦੇ ਅਰਥ ਕਿਵੇਂ ਸਮਝਾਂ? ਹੁਣ ਤੱਕ ਦੀ ਲੜਾਈ ਸਦਾ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ, ਕਾਂਗਰਸ ਦੀ, ਸਾਰਿਆਂ ਦੀ, ਆਮ ਆਦਮੀ ਪਾਰਟੀ ਸਮੇਤ ਸੱਤਾ ਦੀ ਆ, ਹਰ ਲੜਾਈ ਸੱਤਾ ਲਈ ਲੜੀ ਜਾ ਰਹੀ ਹੈ। ਅੱਜ ਦੇ ਦਿਨ 'ਚ ਜੇ ਕੋਈ ਇੰਨੀ ਕੁਰਬਾਨੀ ਕਰਨ ਲਈ ਤਿਆਰ ਹੁੰਦਾ ਹੈ, ਸੁਖਬੀਰ ਸਿੰਘ ਬਾਦਲ ਕਹਿੰਦੇ ਵੀ ਆਪਾਂ ਨੂੰ ਆਪਣੀ ਲੋੜ ਕੀ ਹੈ ਜੀ ਹੋਰ। ਮੈਂ ਤੁਹਾਡੇ ਤੋਂ ਸਮਝਣਾ ਚਾਹ ਰਿਹਾ ਕਿ ਇਹ ਜਿਹੜਾ ਹਿਰਦੇ ਪਰਿਵਰਤਨ ਆ, ਮੈਂ ਇਹਨੂੰ ਕਿਵੇਂ, ਇਹਨੂੰ ਮੈਂ ਕਿਵੇਂ ਧੁਰ ਅੰਦਰ ਤੋਂ ਕਿਵੇਂ ਦੇਖਾਂ? ਇਹਦੇ 'ਤੇ ਮੈਂ ਕਿਹੜੀ ਐਨਕ, ਕਿਹੜਾ ਚਸ਼ਮਾ ਲਾਵਾਂ ਜਿਹਦੇ ਨਾਲ ਮੈਨੂੰ ਇਹਦੇ ਅਰਥ ਸਮਝਾ ਸਕਣ? ਨਹੀਂ, ਮੈਨੂੰ ਲੱਗਦਾ ਕਿ ਉਹ ਤਬਦੀਲੀਆਂ ਜਾਂ ਉਹ ਗੱਲ ਤਾਂ ਵੈਸੇ ਤਾਂ ਦੋਨੋਂ ਹੀ ਵਨ ਸਾਈਡਡ ਨੇ, ਐਕਸਟ੍ਰੀਮ ਪੋਜੀਸ਼ਨਾਂ ਹੁੰਦੀਆਂ ਨੇ, ਵਨ ਸਾਈਡਡ ਇਸ ਕਰਕੇ ਹੁੰਦੀ ਹੈ ਵੀ ਜਾਂ ਅਸੀਂ ਅਨਕੰਡੀਸ਼ਨਲ ਸਮਝੌਤਾ ਕਰ ਲਾਂਗੇ, ਸਪੋਰਟ ਕਰ ਦਾਂਗੇ ਤੇ ਜਾਂ ਕਰਾਂਗੇ ਨਹੀਂ, ਨਾ ਪੋਲਿਟਿਕਸ ਚੱਲਦੀ ਹੈ ਨਾ ਜ਼ਿੰਦਗੀ ਚੱਲਦੀ ਹੈ ਨਾ ਕੋਈ ਐਸੋਸੀਏਸ਼ਨ ਚੱਲਦੀ ਹੈ ਬਿਨਾਂ ਕੰਪਰੋਮਾਈਜ਼ਾਂ ਤੋਂ। ਪਰ ਸਮਝੌਤਾ ਕਿਹੜੇ ਮਾਮਲੇ 'ਚ ਕਿਸ ਮੁੱਦੇ ਤੇ ਕਦੋਂ ਕਰਦੇ ਹੋ, ਕਿਹਦੇ ਫੇਵਰ 'ਚ ਕਰਦੇ ਹੋ, ਕਿਹਦੇ ਖਿਲਾਫ ਕਰਦੇ ਹੋ, ਇਹ ਸਭ ਤੋਂ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ। ਸਮਝੌਤਾ ਮੇਰਾ ਖਿਆਲ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਜਿਹੜੀ ਇੱਕ ਅਨਿਸ਼ਚਿਤਤਾ, ਉਹਨਾਂ ਤੇ ਸਵਾਲ ਉਠਾਇਆ ਜਾ ਰਿਹਾ ਕਿ ਕੱਲ ਨੂੰ ਤੁਸੀਂ ਜਿੱਤ ਗਏ ਫਿਰ ਵੀ ਇਹ ਬੀਜੇਪੀ ਨਾਲ ਜਾਣਗੇ, ਦੇਖਣਾ ਤੁਸੀਂ, ਕਾਂਗਰਸ ਨਾਲ ਤਾਂ ਇਹ ਜਾਂਦੇ ਨਹੀਂ ਕਿਉਂਕਿ ਕਾਂਗਰਸ ਨਾਲ ਤਾਂ ਉਦੋਂ ਤੋਂ ਲਗਭਗ 84 ਤੋਂ ਬਾਅਦ ਇੱਕ ਲੈਵਲ ਦਾ ਦੁਸ਼ਮਣੀ ਵਾਲਾ ਉਸ ਮਾਹੌਲ ਹੈ ਤੇ ਹੋਰ ਕੋਈ ਹੈ ਨਹੀਂ ਹੈ। ਤਾਂ ਫਿਰ ਉਸ ਗੱਲ ਨੂੰ ਕਾਊਂਟਰ ਕਰਨ ਲਈ ਉਹਦੇ ਚੋਂ ਨਿਕਲਿਆ ਲੌਜਿਕ ਹੈ ਕਿ ਅਸੀਂ ਸਮਝੌਤਾ ਨਹੀਂ ਕਰਾਂਗੇ ਕਦੇ ਵੀ, ਤਾਂ ਕਿ ਡਿਟਰਮੀਨੇਸ਼ਨ ਦਾ ਉਹ ਲੈਵਲ ਹੋਵੇ। ਔਰ ਮੈਨੂੰ ਲੱਗਦਾ ਕਿ ਜਿਹੜੀਆਂ ਮਨੋਰਟੀ ਜੀ ਪਾਰਟੀਆਂ ਹੁੰਦੀਆਂ ਨੇ, ਜੇ ਮਨੋਰਟੀ ਦੇ ਇੰਟਰਸਟ ਦੀ ਗੱਲ ਕਰਦੀਆਂ ਨੇ, ਬਹੁਤ ਸਾਰੇ ਵਿਦਵਾਨ, ਸਿੱਖ ਵਿਦਵਾਨ ਪਿਛੋਕੜ ਦੇ ਵਿੱਚ ਵੀ ਇਸ ਧਾਰਾ ਦੇ ਸਹਿਮਤ ਰਹੇ ਨੇ, ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਵੀ ਇਹ ਚੀਜ਼ਾਂ ਦਾ ਪ੍ਰੈਕਟਿਸ ਵੀ ਦਿਖਾਈ ਦੇ ਰਹੀ ਹੈ।
ਕਿ ਜਿੱਥੇ ਕਿਤੇ ਤੁਹਾਡੇ ਆਪਣੇ ਲੋਕਾਂ ਲਈ, ਤੁਹਾਡੇ ਪੰਥ ਲਈ, ਤੁਹਾਡੇ ਬਾਕੀ ਲਈ ਮੋਰੈਲਿਟੀ ਕਾਇਮ ਰੱਖ ਕੇ, ਆਪਣਾ ਸਿਰ ਉੱਚਾ ਕਰਕੇ, ਨੈਤਿਕ ਕਦਰਾਂ ਕੀਮਤਾਂ ਦੇ ਪਾਸੇ ਖੜ ਕੇ, ਜ਼ਿੰਦਗੀ 'ਚ ਸਮਝੌਤੇ ਵੀ ਹੋਏ ਨੇ ਔਰ ਸਮਝੌਤੇ ਕਰਨੇ ਵੀ ਪੈਣਗੇ, ਕੋਈ ਇਹੋ ਜਿਹਾ ਮੌਕਾ ਨਹੀਂ ਆਊਗਾ ਕਦੇ, ਪਰ ਉਹ ਆਪਣੇ ਨਿੱਜੀ ਸਵਾਰਥ ਲਈ ਕਰਦੇ ਹੋ ਜਾਂ ਸੋਸਾਇਟੀ ਪੰਥ ਪੰਜਾਬ ਦੇ ਭਲੇ ਲਈ ਕਰਦੇ ਹੋ, ਔਰ ਉਹ ਸਾਬਤ ਹੋ ਜਾਂਦਾ ਹੁੰਦਾ। ਇਹ ਜੀ ਕੋਈ ਗੱਲ ਨਹੀਂ ਹੈ, ਅਗਲੇ ਦਿਨਾਂ 'ਚ ਹੀ ਸਾਬਤ ਹੋ ਜਾਂਦਾ, ਹੁਣ ਤਾਂ ਬਹੁਤ ਜਲਦੀ ਹੋ ਜਾਂਦਾ, ਪਹਿਲਾਂ ਵੀ ਹੋਈ ਜਾਂਦਾ ਸੀ ਕਿ ਸਮਝੌਤੇ ਦੀ ਨੇਚਰ ਜਾਂ ਵੱਖ ਵੱਖ ਚੀਜ਼ਾਂ ਕੀ ਸੀ। ਇਹ ਗੱਲ ਲੱਗਦੀ ਹੈ ਮੈਨੂੰ, ਮੈਨੂੰ ਲੱਗਦਾ ਜਿਹੜਾ ਬੇਭਰੋਸਗੀ ਦਾ ਇੱਕ ਸੰਕਟ ਨਾਲ ਜੂਝ ਰਿਹਾ ਅਕਾਲੀ ਦਲ, ਉਹ ਭਰੋਸਾ ਬਿਲਡ ਕਰਨ ਦੀ ਟਰਾਈ ਚੋਂ ਇਹ ਜਿਹੜੇ ਬਿਆਨ ਆ ਰਹੇ ਨੇ, ਹੋਰ ਕੋਈ ਬੜੀ ਗੱਲ ਨਹੀਂ ਹੈ ਮੈਨੂੰ ਲੱਗਦਾ। ਬਾਕੀ ਏਜੰਡੇ 'ਚ ਜਾਂ ਉਹਦੇ 'ਚ ਹਜੇ ਤੱਕ ਤਾਂ ਈਡੀਅਮ 'ਚ ਕੋਈ ਫਰਕ ਨਹੀਂ ਹੈ, ਥੋੜਾ ਬਹੁਤ ਸ਼ਾਇਦ ਮਤੇ ਮੁੱਤਿਆਂ ਦੇ ਵਿੱਚ ਆਇਆ ਸੀਗਾ ਫਰਕ। ਹਜੇ ਤੱਕ ਤਾਂ ਤੁਸੀਂ ਜਿਹੜੇ ਮਰਜ਼ੀ ਅਕਾਲੀ ਲੀਡਰ ਲੜ ਰਹੇ ਨੇ ਇਲੈਕਸ਼ਨ, ਤੇ ਕੱਲ ਵੀ ਮੈਂ ਦੇਖ ਰਿਹਾ ਸੀ ਕਿਸੇ ਟੀਵੀ ਚੈਨਲ ਤੇ ਲਾਈਵ ਚੱਲ ਰਹੇ ਚੰਦੂ ਮਾਜਰੇ ਹੋਣੀ ਨੇ ਜਾਂ ਬਾਕੀ ਦੇ ਜਿਹੜੇ ਵੀ ਅਕਾਲੀ ਲੀਡਰ ਕਰਦੇ ਨੇ, ਉਹ ਸਾਰੇ ਸਾਰੇ ਕਿੰਨੇ ਪੁਲ ਬਣੇ ਨੇ, ਕਿੰਨੇ ਹਾਈਵੇ ਬਣੇ ਨੇ, ਕਿੰਨੀਆਂ ਸੜਕਾਂ ਬਣੀਆਂ ਨੇ, ਕਿੰਨੇ ਏਅਰਪੋਰਟ ਬਣੇ ਨੇ, ਕਿਵੇਂ ਕਨੈਕਟੀਵਿਟੀ ਆਈ ਹੈ। ਇਹ ਗੱਲਾਂ ਕੋਈ ਮਾੜੀਆਂ ਨਹੀਂ ਹੈ, ਇਹ ਗੱਲਾਂ ਵੀ ਹੁੰਦੀਆਂ ਨੇ, ਪਰ ਜਿਹਦੇ ਕਰਕੇ ਬੇਭਰੋਸਗੀ ਬਣੀ ਹੈ ਉਹਨੂੰ ਐਡਰੈਸ ਕਰਨਾ ਹਜੇ ਬਹੁਤ ਜ਼ਰੂਰੀ ਹੈ। ਉਹ ਨਹੀਂ ਹੋ ਰਿਹਾ ਉਸ ਲੈਵਲ ਦੇ ਉੱਤੇ ਐਡਰੈਸ। ਬਾਕੀ ਚੀਜ਼ਾਂ ਤਾਂ ਕਦੇ ਕੋਈ ਕਹਿੰਦਾ ਹੀ ਨਹੀਂ ਹੈ, ਲੋਕ ਬਥੇਰੇ ਕਹਿੰਦੇ ਨੇ ਅਕਾਲੀਆਂ ਨੇ ਸੜਕਾਂ ਚੰਗੀਆਂ ਬਣਾਈਆਂ ਨੇ, ਅਕਾਲੀਆਂ ਵੇਲੇ ਪੁਲ ਬਣ ਗਏ ਨੇ। ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਇਹੋ ਜਿਹੀ ਸੜਕ ਬਣਾਊਂਗਾ ਬੰਬ ਸੁੱਟ ਦਿਓ ਤਾਂ ਵੀ ਟੁੱਟੂਗੀ ਨਹੀਂ। ਇਹੋ ਜਿਹੀਆਂ ਗੱਲਾਂ ਤਾਂ ਪਹਿਲਾਂ ਵੀ ਚੱਲਦੀਆਂ ਸੀ, ਚੱਲਦੇ ਦੌਰਾਨ ਤੁਸੀਂ ਇੱਥੇ ਪਹੁੰਚੇ ਹੋ ਨਾ, ਔਰ ਕੋਈ ਇਹ ਤਾਂ ਨਹੀਂ ਗੱਲ। ਔਰ ਰੌਲਾ ਉਹੀ ਹੈ ਕਿ ਉਹਦੀ ਸ਼ਨਾਖਤ ਕਰਨ ਦੇ, ਉਹ ਜਿਹੜਾ ਪਰਸੈਪਸ਼ਨ ਗੇਮ ਬਣੀ ਹੈ ਉਸ ਪਰਸੈਪਸ਼ਨ ਨੂੰ ਕਿਵੇਂ ਦਰੁਸਤ ਕਰਨਾ ਹੈ, ਉਹਦੇ ਬਾਰੇ ਜ਼ਿਆਦਾ ਮੇਰੇ ਖਿਆਲ ਰੀਥਿੰਕਿੰਗ ਹੋਣੀ ਚਾਹੀਦੀ ਹੈ, ਜਿਹਦੇ ਬਾਰੇ ਉਨੀ ਨਹੀਂ ਹੋ ਰਹੀ ਜਾਂ ਨਹੀਂ ਹੋਈ, ਜਾਂ ਹੋਈ ਹੋਵੇਗੀ ਤਾਂ ਪਬਲਿਕਲੀ ਜ਼ਾਹਰ ਨਹੀਂ ਹੋ ਰਹੀ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਮਾਮਲੇ 'ਤੇ। ਵੈਸੇ ਮੈਂ ਇੱਕ ਸਵਾਲ ਪਹਿਲਾਂ ਉਠਾਇਆ ਸੀਗਾ ਵਿੱਚ, ਆਪਾਂ ਇੱਧਰ ਆ ਗਏ, ਜਿਹੜਾ ਰਾਜਦੇਵ ਸਿੰਘ ਖਾਲਸਾ ਜਿਹੜੇ ਕਿ ਪਹਿਲਾਂ MP ਵੀ ਰਹੇ ਆ ਔਰ ਅੰਮ੍ਰਿਤਪਾਲ ਸਿੰਘ ਵੱਲੋਂ ਵਕੀਲ ਵਜੋਂ ਵੀ ਸੇਵਾਵਾਂ ਦੇ ਰਹੇ ਸੀਗੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੰਮ੍ਰਿਤਪਾਲ ਦੀ ਉਮੀਦਵਾਰੀ ਘੋਸ਼ਿਤ ਕਰਤੀ ਸੀਗੀ, ਜਿਹਨੂੰ ਪਰਿਵਾਰ ਨੇ ਮਨਾ ਕੀਤਾ ਸੀ, ਬਾਅਦ ਦੇ ਵਿੱਚ ਪਰਿਵਾਰ ਨੇ ਦੁਬਾਰਾ ਉਹ ਘੋਸ਼ਿਤ ਕੀਤੀ, ਉਹਨਾਂ ਵੱਲੋਂ ਇਹ ਕਿਹਾ ਜਾਣਾ ਇੱਕ ਸਵਾਲ ਦੇ ਜਵਾਬ ਵਿੱਚ ਕਿ ਕੀ ਕਾਗਜ਼ ਰੱਦ ਵੀ ਹੋ ਸਕਦੇ, ਚੋਣ ਲੜਨ ਤੋਂ ਰੋਕਿਆ ਵੀ ਜਾ ਸਕਦਾ ਅੰਮ੍ਰਿਤਪਾਲ ਨੂੰ, ਤੇ ਉਹਨਾਂ ਦਾ ਇਹ ਕਹਿਣਾ ਕਿ ਇਹ ਨਿਰਭਰ ਕਰੂਗਾ ਕਿ ਉਹਨਾਂ ਦੀ ਨਾਮਜ਼ਦਗੀ ਕੌਣ ਭਰ ਰਿਹਾ, ਕੌਣ ਵਕੀਲ ਉਹਨਾਂ ਦੇ ਕਾਗਜ਼ ਪੱਤਰ ਤਿਆਰ ਕਰਦਾ, ਇਹਦੇ ਮੈਂ ਕੀ ਅਰਥ ਲਵਾਂ? ਇਹਦੇ 'ਚ ਦੇਖੋ ਟੈਕਨੀਕਲੀ ਤਾਂ ਲੀਗਲ ਜਿਹੜਾ ਪਹਿਲੂ ਹੈ ਕੋਈ ਨਹੀਂ, ਮਤਲਬ ਰੋਕਿਆ ਨਹੀਂ ਜਾ ਸਕਦਾ ਅਕੋਰਡਿੰਗ ਟੂ ਲਾ। ਤਾਂ ਹੁਣ ਤੱਕ ਦਾ ਜਿਹੜਾ ਲੋਕ ਪ੍ਰਤੀਨਿਧਤਾ ਐਕਟ ਹੈ ਕੁਝ ਸ਼ਰਤਾਂ ਨੇ ਉਹਦੇ 'ਚ, ਜੇ ਮਤਲਬ ਪਹਿਲੀ ਗੱਲ ਤਾਂ ਜਿਹੜਾ ਉਹਦੇ ਨਾਲ ਲੱਗੀ ਇੱਕ ਪਰਚੀ ਹੇਠਾਂ ਹੁੰਦੀ ਹੈ ਜਿਹਦੇ 'ਚ ਤੁਹਾਨੂੰ ਧਰਮ ਨਿਰਪੱਖਤਾ ਦੀ ਭਾਰਤੀ ਸੰਵਿਧਾਨ ਦੀ ਸਹੁੰ ਖਾਣੀ ਪਏਗੀ, ਧਰਮ ਨਿਰਪੱਖਤਾ ਦੀ ਵੀ ਉਹਦੇ 'ਚ ਸਹੁੰ ਹੈ ਜਿਹੜੀ ਉਹ ਖਾਣੀ ਪੈਂਦੀ ਹੈ ਉਸ ਸਾਰੇ ਮਾਮਲੇ 'ਚ। ਤੇ ਜੇ ਤੁਸੀਂ ਉਹ ਸਾਰੇ ਫਾਰਮ ਤੋਂ ਇਤਰਾਜ਼ ਨਹੀਂ ਕਰਦੇ ਜਿਹੜਾ ਵੀ ਉਹਦੇ 'ਚ ਹੈਗਾ, ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਦੇਸ਼ ਦੀ ਏਕਤਾ ਅਖੰਡਤਾ ਦਾ ਮੈਂ ਹਾਮੀ ਹਾਂ, ਉਹ ਵੀ ਉਹਦੇ 'ਚ ਇੱਕ ਸ਼ਬਦ ਹੈ, ਉਹ ਸਾਰੇ ਸ਼ਬਦ ਹੈਗੇ ਨੇ। ਜੇ ਤੁਹਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੈ ਤਾਂ ਤੁਹਾਡਾ ਕਾਗਜ਼ ਕਿਉਂ ਰੱਦ ਹੋਏਗਾ ਜੇਕਰ ਉਹ ਠੀਕ ਤਰੀਕੇ ਨਾਲ ਭਰਿਆ ਜਾਂਦਾ? ਮਤਲਬ ਟੈਕਨੀਕਲੀ ਕੋਈ ਪ੍ਰੋਬਲਮ ਨਹੀਂ ਹੈ ਔਰ NSA ਕੋਈ ਰੋਕਦਾ ਨਹੀਂ ਹੈ। ਇਹ ਕਿਸੇ ਵਿਧੀਵਤ ਕਿਸੇ ਕੇਸ ਦੇ ਵਿੱਚ ਤੁਹਾਨੂੰ ਸਜ਼ਾ ਨਹੀਂ ਹੋਈ ਹੋਈ, ਸਜ਼ਾ ਦਾ ਮਤਲਬ ਹੀ ਹੈ 2 ਸਾਲ ਤੋਂ ਵੱਧ ਹੋਈ ਹੋਵੇ ਤਾਂ ਤੁਹਾਡੇ 'ਤੇ ਰੋਕ ਲੱਗ ਸਕਦੀ ਹੈ, ਨਹੀਂ ਤਾਂ ਨਹੀਂ ਲੱਗ ਸਕਦੀ ਹੈ। ਇੱਕ ਤਾਂ ਇਹ ਹੈਗਾ ਥਰਿਓਟੀਕਲ ਐਂਗਲ ਕਿ ਤੁਹਾਨੂੰ ਨਹੀਂ ਰੋਕਿਆ ਜਾ ਸਕਦਾ, ਪਰ ਦੂਸਰਾ ਪਹਿਲੂ ਪ੍ਰੈਕਟੀਕਲ ਐਂਗਲ ਹੈ। ਇੱਕ ਤਾਂ ਮੈਨੂੰ ਲੱਗਦਾ ਰਾਜਦੇਵ ਉਹਨਾਂ ਨੂੰ ਪਤਾ ਹੋਊਗਾ ਕਿ ਜਦੋਂ ਤੁਹਾਡੇ ਨਾਲ ਦੇ ਕਿੰਨੇ ਬੰਦੇ ਅੰਦਰ ਸੀਗੇ, ਉਹ ਸੰਗੀਨ ਜੁਰਮਾਂ 'ਚ ਵੀ ਅੰਦਰ ਸੀਗੇ, ਉਹਨਾਂ 'ਤੇ ਵੀ ਦੇਸ਼ ਧਰੋਹੀ ਦੇ ਮੁਕੱਦਮੇ ਸੀ, ਅਤਿੰਦਰ ਪਾਲ ਹੋਣੀ ਹੋਣ, ਸਿਮਰਜੀਤ ਮਾਨ ਹੋਣ, ਉਹ ਵੀ ਤਾਂ ਲੜੇ ਨੇ ਨਾ। ਉਦੋਂ ਬਾਅਦ ਤਾਂ ਕੋਈ ਕਾਨੂੰਨ ਇਹੋ ਜਿਹਾ ਨਹੀਂ ਬਦਲਿਆ ਜਿਹੜਾ, ਹਾਂ ਨਾਲ ਆਹੀ ਗੱਲ ਆਈ ਹੈ
ਕਿ ਤੁਹਾਨੂੰ ਭਾਰਤੀ ਸੰਵਿਧਾਨ ਦੀ ਸਹੁੰ ਖਾਣੀ ਪਏਗੀ ਤੇ ਬਾਕੀ ਦੀਆਂ ਚੀਜ਼ਾਂ ਨੇ। ਪਰ ਨਾਲ ਦੀ ਨਾਲ ਇਹ ਜ਼ਰੂਰ ਹੈ ਕਿ ਜੇਕਰ ਕੋਈ ਤਾਕਤਵਰ ਧਿਰ ਚਾਹੇ ਜਾਂ ਅੰਮ੍ਰਿਤਪਾਲ ਦੇ ਨਾਲ ਦੇ ਹੀ ਕੋਈ ਬੰਦਿਆਂ ਦੇ ਵਿੱਚੋਂ ਇਹੋ ਜਿਹਾ ਕੋਈ ਗੱਲ ਹੋ ਜੇ ਕਿ ਆਪਾਂ ਨਹੀਂ ਲੜਨੀ ਜਾਂ ਰਹਿਣ ਦਿਓ, ਉਦੋਂ ਕਈ ਗੱਲਾਂ ਵਾਪਰ ਜਾਂਦੀਆਂ ਨੇ। ਵਾਪਰ ਕਿਵੇਂ ਜਾਂਦੀਆਂ ਨੇ? ਬਾਅਦ ਦੇ ਵਿੱਚ ਧੱਕਾ ਵੀ ਹੋ ਜਾਂਦਾ। ਆਪਾਂ ਦੇਖਦੇ ਹਾਂ ਹੇਠਲੀਆਂ ਚੋਣਾਂ 'ਚ ਕਾਗਜ਼ ਨਹੀਂ ਭਰਨ ਦਿੱਤੇ ਜੀ, ਬਾਕੀ ਚੀਜ਼ਾਂ ਨੇ ਟਾਈਮ ਹੀ ਟਪਾਤਾ ਕਾਗਜ਼ ਭਰਨ ਦਾ, ਕਾਗਜ਼ ਭਰਨ ਦਾ ਮੌਕਾ ਹੀ ਨਹੀਂ ਦਿੱਤਾ। ਇਹ ਤਾਂ ਪਹਿਲਾਂ ਇੱਥੇ ਤੱਕ ਵੀ ਹੋ ਸਕਦੀ ਹੈ ਗੱਲ, ਔਰ ਉਹ ਕੋਈ ਵੀ ਗੌਰਮੈਂਟ ਵੀ ਕਰ ਸਕਦੀ ਹੈ, ਕੋਈ ਦੂਜਾ ਗਰੁੱਪ ਵੀ ਕਰ ਸਕਦਾ ਉਦੋਂ ਤੱਕ। ਕਿਹੜੇ ਕਾਰਨ ਕਰਕੇ ਕਾਗਜ਼ ਕਿਵੇਂ ਨਹੀਂ ਭਰਨ ਦੇਣੇ, ਬੰਦੇ ਨੂੰ ਉੱਥੇ ਪਹੁੰਚਣ ਨਹੀਂ ਦੇਣਾ ਜਿਹੜੇ ਕਾਗਜ਼ ਭਰਨ ਗਏ ਨੇ, ਜਾਂ ਕੀ ਨਹੀਂ ਕਰਨ ਦੇਣਾ, ਉਹ ਜਿਹੋ ਜਿਹਾ ਵੀ ਮਾਹੌਲ ਹੋਊਗਾ ਉਹ ਇਹੋ ਜਿਹੇ ਦੇ ਸਵਾਲ ਹੈ। ਦੂਜੀ ਗੱਲ, ਕਾਗਜ਼ ਭਰੇ ਗਏ ਬਿਲਕੁਲ ਠੀਕ ਭਰੇ ਗਏ, ਉਦੋਂ ਬਾਅਦ ਵੀ ਇੱਕ ਸ਼ੰਕਾ ਬਣਿਆ ਰਹਿੰਦਾ। ਇਹ ਸ਼ੰਕਾ ਜੇ ਮੇਰੇ ਮੇਰੇ ਇੱਕ ਇਵੈਂਟ ਯਾਦ ਹੈ ਇਸ ਮਾਮਲੇ 'ਚ, ਇੱਕ ਇੰਸੀਡੈਂਟ ਯਾਦ ਹੈ, ਜਦੋਂ 1992 'ਚ ਕੈਪਟਨ ਅਮਰਿੰਦਰ ਸਿੰਘ ਹੋਣੀ ਲੜ ਰਹੇ ਸੀ ਚੋਣਾਂ, ਬਾਕੀ ਅਕਾਲੀ ਦਲ ਦਾ ਤਾਂ ਬਾਈਕਾਟ ਸੀਗਾ ਉਦੋਂ। ਪੰਥਕ ਸਾਈਡ ਵੱਲੋਂ ਕੇਵਲ ਅਮਰਿੰਦਰ ਸਿੰਘ, ਇਹਨਾਂ ਦਾ ਇੱਕ ਅਕਾਲੀ ਦਲ ਪੰਥਕ ਬਣਾਇਆ ਹੋਇਆ ਸੀ ਜਿਹਦੇ ਵੱਲੋਂ ਇਹ ਲੜ ਰਹੇ ਸੀ। ਅਮਰਿੰਦਰ ਸਿੰਘ ਦੋ ਜਗ੍ਹਾ ਤੋਂ ਲੜ ਰਹੇ ਸੀ, ਖਰੜ ਤੋਂ ਤੇ ਸਮਾਣੇ ਤੋਂ। ਤੇ ਉਦੋਂ ਬੀਬੀਸੀ ਬੜੇ ਬੀਬੀਸੀ ਵਰਗਾ ਚੈਨਲ ਨਾ ਬਹੁਤ ਚੋਣਾਂ ਦੇ ਨੇੜੇ ਤੱਕ ਅਮਰਿੰਦਰ ਸਿੰਘ ਨੂੰ ਚੀਫ ਮਿਨਿਸਟਰ ਬਣਾ ਰਿਹਾ ਸੀ ਲਗਾਤਾਰ ਕਿ ਅਮਰਿੰਦਰ ਸਿੰਘ ਚੀਫ ਮਿਨਿਸਟਰ ਬਣਨਗੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਗਵਰਨਮੈਂਟ ਆਫ ਇੰਡੀਆ ਕਿਸੇ ਸਿੱਖ ਇਹੋ ਜਿਹੇ ਫੇਸ ਨੂੰ ਲਿਆ ਕੇ ਐਂ ਕਰੂ। ਪਰ ਹੋਇਆ ਤਾਂ ਉਲਟ ਸੀ, ਪਰ ਨਤੀਜਾ ਸਭ ਨੂੰ ਪਤਾ ਹੀ ਹੈ। ਪਰ ਉਹਦੇ 'ਚ ਹੋਇਆ ਕੀ? ਹੋਇਆ ਇਹ ਕਿ ਬ੍ਰਿਜ ਲਾਲ ਗੋਇਲ ਹੁੰਦੇ ਸੀਗੇ ਇੱਕ ਕਾਂਗਰਸ ਦੇ ਬੰਦੇ, ਲੀਡਰ ਪਟਿਆਲੇ ਤੋਂ, ਉੱਥੋਂ ਸਮਾਣੇ ਨਾਲ ਸੰਬੰਧਿਤ ਪਟਿਆਲੇ ਰਹਿੰਦੇ ਸੀ, ਉਹਨਾਂ ਨੇ ਨੋਮੀਨੇਸ਼ਨਾਂ ਫਾਈਲ ਕੀਤੀਆਂ ਹੋਈਆਂ ਸੀ ਤੇ ਉਹਨਾਂ ਦੀ ਨੋਮੀਨੇਸ਼ਨ ਕਿਸੇ ਵੀ ਢੰਗ ਦੇ ਆਥੋਰਾਈਜੇਸ਼ਨ ਦਾ ਕੀ ਸੀ, ਜਾਲੀ ਸੀ ਕੀ ਸੀ? ਹਰਚੰਦ ਸਿੰਘ ਬਰਸਟ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ, ਇਹ ਚੱਕ ਲਿਆਏ ਸੀ ਉਹਨਾਂ ਦਾ ਆਥੋਰਾਈਜੇਸ਼ਨ ਦੇ ਕੇ ਕਿ ਮੈਂ ਵਿਦਡਰਾ ਕਰ ਰਿਹਾ, ਤੇ ਉਹ ਵਿਦਡਰਾ ਕਰਤਾ। ਕੈਪਟਨ ਅਮਰਿੰਦਰ ਸਿੰਘ ਅਨਪੋਜ਼ਡ ਹਰਿਆਣਾ ਸਮਾਣੇ ਤੋਂ ਜਿੱਤ ਗਏ ਸੀ ਤੇ ਖਰੜ ਤੋਂ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ, ਤੇ ਉਦੋਂ ਉਹ ਜਿੱਤੇ ਗਏ ਉੱਥੋਂ ਸੀਗੇ। ਕੋਈ ਐਵੇਂ ਵੀ ਅੰਮ੍ਰਿਤਪਾਲ ਦੇ ਨਾਂ ਤੇ, ਕਿਉਂਕਿ ਅੰਮ੍ਰਿਤਪਾਲ ਤਾਂ ਹਜੇ ਇੱਥੇ ਨਹੀਂ ਹੈ ਬਾਹਰ, ਕੋਈ ਵੀ ਸੱਜਣ ਕੋਈ ਧਿਰ ਕਿਹੜਾ ਕੋਈ ਕੀ ਕਰ ਸਕਦਾ, ਉਹ ਜੇ ਕੋਈ ਸਟੇਟ ਦਾ ਵੀ ਹੋ ਸਕਦਾ, ਨਾਨ ਸਟੇਟ ਐਕਟਰ ਵੀ ਹੋ ਸਕਦਾ, ਜੇ ਐਂ ਚਾਹੇ ਤਾਂ ਵਿਦਡਰਾ ਵੀ ਕੀਤਾ ਜਾ ਸਕਦਾ। ਪਰ ਫਾਰਮਰ ਪ੍ਰਸ਼ਾਸਨ ਤਾਂ ਨਾਲ ਹੁੰਦਾ ਹੀ ਹੈ, ਕਿਸੇ ਨਾ ਕਿਸੇ ਤਾਕਤ ਦੇ ਐਸੀ ਤਾਂ ਕੋਈ ਬੜੀ ਗੱਲ ਨਹੀਂ ਹੁੰਦੀ, ਔਰ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ। ਸਾਡਾ ਸਿਸਟਮ ਇਹੋ ਜਿਹਾ, ਇਹ ਸਾਰਾ ਕੁਝ ਹੀ ਇਲੀਗਲ ਤੇ ਅਨੈਥੀਕਲ ਹੈ। ਪਰ ਜੇ ਕਾਨੂੰਨੀ ਤੇ ਨੈਤਿਕ ਤੌਰ ਤੇ ਤੁਸੀਂ ਚਾਹੋ ਤਾਂ ਮੇਰਾ ਨਹੀਂ ਖਿਆਲ ਕੋਈ, ਹਾਂ ਰਾਜਦੇਵ ਹੋਣੀ ਇਹ ਕਹਿ ਰਹੇ ਨੇ ਮੇਰਾ ਖਿਆਲ ਹੈ ਆਪਣੀ ਗੱਲ 'ਚ, ਵੀ ਕੋਈ ਸੱਜਣ ਉਹਦੇ ਫਾਰਮ 'ਚ ਹੀ ਲਕੂਨਾ ਰੱਖ ਦੂਗਾ ਤਾਂ ਕਿ ਉਹ ਰੱਦ ਹੋ ਜਾਣਗੇ ਜੀ, ਸ਼ਾਇਦ ਇਸ ਲਈ ਵਾਪਸ, ਜੇ ਕੋਈ ਚੰਗਾ ਬੰਦਾ ਭਰੇ, ਮਤਲਬ ਉਹਨਾਂ ਵਰਗਾ ਬੰਦਾ ਭਰੇ ਤਾਂ ਪੂਰੇ ਭਰਿਆ ਜਾਊਗਾ ਫਾਰਮ, ਤੇ ਐਂ ਰੱਦ ਨਹੀਂ ਹੋਣਗੇ। ਰੱਦ ਹੋਣ ਦੇ ਹੋਰ ਬੜੇ ਕਾਰਨ ਵੀ ਨੇ, ਇਕੱਲਾ ਇਕੱਲਾ ਫਾਰਮ ਭਰਨ ਤੱਕ ਦੀ ਗੱਲ ਨਹੀਂ ਹੁੰਦੀ। ਔਰ ਇਸੇ ਕਰਕੇ ਜਿਹੜਾ ਸ਼ਾਇਦ ਰਾਜਦੇਵ ਉਹਨਾਂ ਨੂੰ ਇਹ ਲੱਗ ਵੀ ਰਿਹਾ ਹੋਊਗਾ ਵੀ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਉਹੀ ਤਾਂ ਕਰਨ ਲੱਗ ਗਏ, ਤੁਸੀਂ ਬਾਅਦ 'ਚ ਮੈਨੂੰ ਕਿਉਂ ਸਾਈਡ ਤੇ ਕਰਤਾ, ਜਿਹੜਾ ਸਿਹਰਾ ਉਹਨਾਂ ਨੂੰ ਮਾੜਾ ਮੋਟਾ ਜਾਣਾ ਸੀ ਉਹ ਪਰਿਵਾਰ ਅੱਗੇ ਆ ਗਿਆ। ਤੇ ਇਹ ਗੱਲਾਂ ਤਾਂ ਚੱਲਦੀਆਂ ਰਹਿਣਗੀਆਂ, ਇਹ ਪਤਾ ਨਹੀਂ ਹੁਣ ਉਹਨਾਂ ਦੇ ਵਕੀਲ ਵੀ ਨੇ, ਇੱਕ ਦੂਜੇ ਨਾਲ ਰਾਬਤਾ ਵੀ ਹੈ, ਸਾਰੇ ਇਕੱਠੇ ਵੀ ਨੇ ਤੇ ਅੰਦਰੋਂ ਅੱਡ ਅੱਡ ਵੀ ਦਿਖਾਈ ਦੇ ਰਹੇ ਨੇ ਸਾਰੇ ਇਕੱਠੇ ਹੋਣ ਦੇ ਬਾਵਜੂਦ, ਇਹ ਤਾਂ ਉਹਨਾਂ ਨੂੰ ਪਤਾ ਹੁਣ ਮਾਮਲੇ ਕੀ ਨੇ। ਪਰ ਹਾਲਾਤ ਇਹੋ ਜਿਹੇ ਨੇ, ਜਿਹੜਾ ਕਾਗਜ਼ ਭਰਨ ਤੋਂ ਵੈਸੇ ਕੋਈ ਐਡੀ ਗੱਲ ਨਹੀਂ, ਉਹ ਵੀ ਭਰਾ ਲੈਣਗੇ, ਉਹਨਾਂ ਨੇ ਲੜਨ ਦਾ ਫੈਸਲਾ ਕੀਤਾ, ਕਾਗਜ਼ ਤਾਂ ਉਹ ਚੰਗਾ ਹੀ ਭਰਾ ਲੈਣਗੇ। ਚੰਗੇ ਤੋਂ ਬਾਅਦ ਹੋਰਾਂ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਜਿਹੜੀਆਂ ਬਾਕੀ ਹੁੰਦੀਆਂ ਨੇ ਕਾਗਜ਼ ਭਰਨ ਤੋਂ ਬਾਅਦ। ਜੀ, ਕਿਸੇ ਸਮੇਂ ਨਾ ਸਾਡੇ ਇੱਥੇ ਸਰਪੰਚੀਆਂ ਦੇ ਵਿੱਚ ਆਮ ਹੀ
ਜਿਹੜਾ ਸੱਤਾ ਦੇ ਵਿਰੋਧ ਵਿੱਚ ਖੜਾ ਹੁੰਦਾ ਸੀ, ਉਹਦੀਆਂ ਸਰਪੰਚੀ ਦੇ ਕਾਗਜ਼, ਮੈਂਬਰੀਆਂ ਦੇ ਕਾਗਜ਼ ਰੱਦ ਕਰਤੇ ਜਾਂਦੇ ਸੀ। ਫਿਰ ਲੋਕਾਂ ਨੇ ਉਹਦੇ ਵੀ ਤੋੜ ਕੱਢਣੇ ਸ਼ੁਰੂ ਕੀਤੇ, ਫਿਰ ਉਹ ਕੈਮਰਿਆਂ ਤੇ ਚਲੇ ਗਏ, ਲੋਕ ਨਾਲ ਹੀ ਵੀ ਆ ਦੇਖੋ ਜੀ ਅਸੀਂ ਹਰ ਪੇਜ ਪ੍ਰੋਪਰ ਭਰਿਆ, ਜੇ ਪਹਿਲਾਂ ਹੀ ਚੈੱਕ ਕਰਾ ਕੇ ਫਿਰ ਉਹਦੀ ਵੀਡੀਓਗ੍ਰਾਫੀ ਕਰਕੇ, ਮਤਲਬ ਇਹ ਕਾਫੀ ਔਖਾ ਹੋ ਗਿਆ। ਫਿਰ ਵੀ ਜਿੰਨਾ ਕਰਨੇ ਹੁੰਦੇ ਉਹ ਕਰ ਜਾਂਦੇ ਸੀ। ਇਹ ਦਿਲਚਸਪੀ ਰਹੂਗੀ ਆਖਰੀ ਦਿਨ ਤੱਕ ਦੇਖਣ ਦੀ ਕਿ ਕੀ ਇਹ ਇਲੈਕਸ਼ਨ ਸੁੱਖ ਸਾਂਦ ਨਾਲ ਸਿਰੇ ਚੜ੍ਹਦੀ ਹੈ ਇਸ ਤਰ੍ਹਾਂ, ਜਾਂ ਕੋਈ ਇਹਦੇ ਵਿੱਚ ਖਲਲ ਪਾਇਆ ਜਾਂਦਾ। ਆਪਾਂ ਚੱਲਦੇ ਹਾਂ ਬਿਲਕੁਲ ਨਾਲ ਹੀ ਇੱਕ ਇਸ਼ੂ ਮੈਂ ਤੁਹਾਡੇ ਨਾਲ ਪਹਿਲਾਂ ਵੀ ਡਿਸਕਸ ਕੀਤਾ ਸੀਗਾ। ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਔਰ ਇਹ ਪੀੜ੍ਹੀਆਂ ਤੋਂ ਪਰਿਵਾਰ ਕਾਂਗਰਸੀ ਸੀ ਤੇ ਬਿੱਟੂ ਨੂੰ ਵੀ 3 ਵਾਰੀ ਵੱਖ ਵੱਖ ਥਾਵਾਂ ਤੋਂ, ਮਤਲਬ ਜਿੱਥੇ ਉਹਨਾਂ ਚਾਹਿਆ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਤੇ ਫਿਰ ਉਹ ਚਲੇ ਗਏ ਛੱਡ ਕੇ ਬੀਜੇਪੀ 'ਚ। ਹੁਣ ਉਹਨਾਂ ਦਾ ਉੱਥੇ ਲੁਧਿਆਣੇ ਦੇ ਵਿੱਚ ਕਾਫੀ ਸਖਤ ਮੁਕਾਬਲਾ ਹੁੰਦਾ ਜਾਂਦਾ ਦਿਨੋਂ ਦਿਨ। ਉਹ ਫੋਕਸ ਕਰ ਰਹੇ ਨੇ ਬੀਜੇਪੀ ਦੀ ਅਹਿਮ ਕੋਰ ਵੋਟ ਨੂੰ। ਇਸੇ ਦਰਮਿਆਨ 'ਚ ਉਹਨਾਂ ਦੀ ਇੱਕ ਸਟੇਟਮੈਂਟ ਕਿ ਮੈਨੂੰ ਤਾਂ ਰਾਹੁਲ ਗਾਂਧੀ ਨੇ ਇਹ ਕਿਹਾ ਸੀਗਾ ਕਿ ਬੇਅੰਤ ਸਿੰਘ ਦੇ ਹਥਿਆਰਿਆਂ ਨੂੰ ਮਾਫ ਕਰ ਦਿਓ ਤਾਂ ਕਿ ਉਹ ਛੁੱਟ ਸਕਣ। ਮਤਲਬ ਇਹ ਤੁਹਾਨੂੰ ਯਾਦ ਹੀ ਹੈ ਉਦੋਂ ਵੀ ਚੱਲਦਾ ਰਿਹਾ ਮਾਮਲਾ ਜਦੋਂ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ 'ਚ ਫਾਂਸੀ ਦਿੱਤੀ ਜਾਣੀ ਚਾਹੀਦੀ ਜਾਣੀ ਸੀਗੀ ਔਰ ਉਹ ਲਾਸਟ ਮੂਮੈਂਟ ਤੇ ਰੁਕਿਆ ਸੀ। ਇਹ ਮਾਮਲਾ ਉਦੋਂ ਵੀ ਉੱਠਿਆ ਸੀ, ਕਈ ਤਰ੍ਹਾਂ ਨੇ ਕਿਹਾ ਸੀ ਕਿ ਬੇਅੰਤ ਸਿੰਘ ਦਾ ਪਰਿਵਾਰ, ਰਵਨੀਤ ਬਿੱਟੂ ਜਾਂ ਬਾਕੀ ਇਸ ਮਾਮਲੇ 'ਚ ਕੋਈ ਐਪਲੀਕੇਸ਼ਨ ਦਾਇਰ ਕਰਕੇ ਕਹਿਣ ਕਿ ਇਹਨੂੰ ਇਹਦੀ ਸਜ਼ਾ ਮਾਫ ਕੀਤੀ ਜਾਵੇ ਜਾਂ ਉਹ ਇਸ ਕੋਈ ਚਾਰਾਜੋਈ ਕਰਨ। ਸੋ ਇਹ ਬਿਆਨ ਹੁਣ ਇਸ ਸੰਦਰਭ ਦੇ ਵਿੱਚ, ਇਲੈਕਸ਼ਨ ਦੇ ਸੰਦਰਭ ਵਿੱਚ ਇਹਦੇ ਮਾਅਨੇ ਕੀ ਨੇ? ਇਹਦੇ ਵਿੱਚ ਬਿੱਟੂ ਗਾਂਧੀ ਪਰਿਵਾਰ ਨੂੰ, ਰਾਹੁਲ ਗਾਂਧੀ ਨੂੰ ਸਿੱਖ ਸਾਇਕੀ ਦੇ ਨਜ਼ਰੀਏ ਤੋਂ ਦਿਖਾ ਰਹੇ ਨੇ। ਉਹ ਆਪ ਕੋਈ ਹੋਰ ਕੋਰ ਵੋਟ ਬੀਜੇਪੀ ਵਾਲੀ ਲੈਣ ਲਈ ਇਸ ਤਰ੍ਹਾਂ ਦੇ ਪੈਥਡੇਕ ਤਿਆਰ ਕਰ ਰਹੇ ਨੇ, ਇਹਨੂੰ ਕਿਵੇਂ ਸਮਝਿਆ ਜਾਵੇ? ਇਲੈਕਸ਼ਨ ਦੇ ਨਵੇਂ ਨਵੇਂ ਟ੍ਰੈਂਡ ਹੋ ਰਹੇ ਜੀ ਪੈਦਾ। ਬਿਲਕੁਲ, ਇੱਕ ਤਾਂ ਦੇਖੋ ਨਜ਼ਰੀਏ ਦਾ ਸਵਾਲ ਹੈ ਕਿ ਬਿੱਟੂ ਉਹਨਾਂ ਦਾ ਥਾਟ ਪ੍ਰੋਸੈਸ ਦਾ ਲੈਵਲ ਕੀ ਹੈ ਜਾਂ ਬਾਕੀ ਦਾ ਕੀ ਹੈ, ਇਹ ਇੱਕ ਅਲੱਗ ਅਲੱਗ ਗੱਲਾਂ ਨੇ। ਇੱਕ ਖਾਸ ਹਾਲਾਤ 'ਚ ਘਟਨਾਕ੍ਰਮ ਵਾਪਰਿਆ ਹੋਇਆ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ ਔਰ ਰਾਜੀਵ ਗਾਂਧੀ ਦਾ ਕਤਲ ਹੋਇਆ ਲਿਟੇ ਦੇ ਸਾਰੇ ਮਾਮਲੇ ਦੇ ਵਿੱਚ, ਲਲਿਤ ਮਾਕਣ ਦਾ ਕਤਲ ਵੀ ਹੋਇਆ ਇੱਕ ਉਸੇ ਸਾਰੀ ਮੂਵਮੈਂਟ ਦਾ ਜਿਹੜਾ ਸਵਾਲ ਸੀਗਾ, ਜਿਸ ਲੈਵਲ ਦੀਆਂ ਗੱਲਾਂ ਹੋਈਆਂ ਉਹਦੇ ਪ੍ਰਤੀ ਕੌਣ ਕਿਹੋ ਜਿਹੀ ਅਪਰੋਚ ਲੈਂਦਾ ਇਹ ਉਹਦੇ 'ਤੇ ਡਿਪੈਂਡ ਕਰਦਾ। ਇੱਕ ਦੋ ਪਰਿਵਾਰਾਂ ਦੀ ਅਪਰੋਚ ਹੈ, ਜੋ ਰਾਜੀਵ ਗਾਂਧੀ ਦੇ ਮਤਲਬ ਕਤਲ ਦੇ ਮਾਮਲੇ 'ਚ ਗਾਂਧੀ ਪਰਿਵਾਰ ਨੇ ਜੋ ਸਟੈਂਡ ਲਿਆ, ਪ੍ਰਿੰਕਾ ਵੀ ਗਈ, ਸੋਨੀਆ ਗਾਂਧੀ ਗਈ ਵੀ ਚਲੋ ਹੁਣ ਹੋ ਗਿਆ ਜੋ ਹੋ ਗਿਆ ਮਾਫ਼ ਕਰ ਦੇਣਾ ਚਾਹੀਦਾ, ਇੱਕ ਤਾਂ ਉਹ ਐਂਗਲ ਹੈ ਜਿਹੜਾ ਰਾਜੀਵ ਗਾਂਧੀ ਦੇ ਮਾਮਲੇ ਦੇ ਵਿੱਚ ਵੀ। ਔਰ ਤੁਹਾਡੇ ਸਾਹਮਣੇ ਹੈ ਕਿ ਰਾਜੀਵ ਗਾਂਧੀ ਦੇ ਕਤਲ ਵਾਲੇ ਬੰਦੇ ਉੱਥੋਂ ਦੀ ਤਾਮਿਲਨਾਡੂ ਦੀ ਗੌਰਮੈਂਟ ਨੇ ਪੂਰੀ ਤਰ੍ਹਾਂ ਬਰੀ ਵੀ ਕੀਤੇ ਤੇ ਸਾਰਾ ਕੁਝ ਹੈ, ਤੇ ਕਾਂਗਰਸ ਪਾਰਟੀ ਤੇ ਤਾਮਿਲਨਾਡੂ ਸਰਕਾਰ ਦੀ ਸਰਕਾਰ DMK ਦੋਨਾਂ ਦਾ ਅਲਾਇੰਸ ਵੀ ਹੈ। ਹਾਲਾਂਕਿ ਤਾਮਿਲਨਾਡੂ 'ਚ AIDMK ਨੇ ਸ਼ੁਰੂ ਕੀਤਾ ਸੀ ਕੰਮ ਆਪਣਾ, ਜਿਹੜਾ ਅਥਾਰਟੀ ਨੂੰ ਯੂਜ ਕਰਦੇ ਆ ਸੁਪਰੀਮ ਕੋਰਟ 'ਚ ਆ ਕੇ ਉਹ ਛੁੱਟੇ ਨੇ ਬੰਦੇ ਉਸ ਪੱਧਰ ਦੇ ਉੱਤੇ। ਔਰ ਇਹੀ ਗੱਲਾਂ ਇਹ ਕਹੀਆਂ ਜਾਂਦੀਆਂ ਸੀ ਕਿ ਜਿਹੜੇ ਬਾਕੀ ਦੇ ਕੇਸ ਨੇ ਫਿਰ ਪੰਜਾਬ ਦੇ ਜੇ ਉਸੇ ਢੰਗ ਨਾਲ ਡੀਲ ਕੀਤੇ ਜਾਣ ਉਹ ਸਾਡੇ ਸਾਹਮਣੇ ਹੈ। ਦੂਜਾ ਕੇਸ ਲਲਿਤ ਮਾਕਣ ਦੀ ਜਿਹੜੇ ਬੇਟੀ ਦਾ ਮਾਮਲਾ, ਉਹਨੇ ਹੁਣ ਕੁੱਕੀ ਗਿੱਲ ਨਾਲ ਬੈਠ ਕੇ ਜੋ ਉਹਨਾਂ ਤੇ ਇੱਕ ਮਤਲਬ ਇੱਕ ਛੋਟੀ ਉਹ ਵੀ ਬਣੀ ਡਾਕੂਮੈਂਟਰੀ ਵੀ, ਔਰ ਜਿਸ ਢੰਗ ਨਾਲ ਉਹਨਾਂ ਨੇ ਆ ਕੇ ਅੱਜ ਤੱਕ ਵੀ ਉਹਨਾਂ ਦਾ ਰਿਲੇਸ਼ਨ ਹੈ ਵੀ ਤੁਹਾਡਾ ਉਦੋਂ ਹੋਰ ਹਾਲਾਤ ਸੀ, ਤੁਸੀਂ ਕਿਹੜੇ ਮੂਵਮੈਂਟ ਕਿਹੜੇ ਹਾਲਾਤਾਂ ਚੋਂ ਲੰਘ ਕੇ ਕੀ ਕੀਤਾ, ਨਿੱਜੀ ਦੁਸ਼ਮਣੀ ਤਾਂ ਹੈ ਨਹੀਂ ਬਾਕੀ ਦੀਆਂ ਚੀਜ਼ਾਂ ਨਹੀਂ, ਤੇ ਚਲੋ ਸਾਡੇ ਨਾਲ ਵੀ ਜੋ ਵਾਪਰ ਗਿਆ ਉਹਦੇ ਵੀ ਦੋ ਕਤਲ ਹੋਏ ਦੇਖੋ ਘਰ ਦੇ ਵਿੱਚ, ਤੇ ਉਹ ਕੁੜੀ ਦਾ ਜੋ ਲੈਵਲ ਹੈ ਥਾਟ ਪ੍ਰੋਸੈਸ ਦਾ ਕਿ ਹੁਣ ਇਹਨੂੰ ਕਲੋਜ਼ਰ ਕਰਕੇ ਅੱਗੇ ਚੱਲਿਆ ਜਾਏ, ਇੱਕ ਤਾਂ ਇਹ ਐਗਜ਼ਾਮਪਲ ਜਨੇ ਸਾਡੇ ਸਾਹਮਣੇ। ਇੱਕ ਬਿੱਟੂ ਦਾ ਸਵਾਲ ਹੈ ਕਿ ਮੈਂ ਨਿੱਜ ਪਤਾ ਨਹੀਂ ਕੀ ਹੈ, ਜੇ ਫਿਰ ਬੇਅੰਤ ਸਿੰਘ ਦੇ ਨਾਲ ਹੀ ਬਿੱਟੂ ਜੁੜੇ ਹੋਏ ਨੇ ਤਾਂ ਬੇਅੰਤ ਸਿੰਘ ਦੀ ਪਾਲਿਸੀ ਤਾਂ RSS ਦੀ ਹੈ ਹੀ ਨਹੀਂ ਬਿਲਕੁਲ, ਨਾ BJP ਦੀ ਹੈ।
ਤੇ ਜੇ ਇਕੱਲੇ ਉਹਦੇ ਮਾਨ ਸਨਮਾਨ ਦੀ ਉਹ ਗੱਲ ਹੋਵੇ, ਮੰਨ ਲਓ ਤੁਸੀਂ ਉਹਨਾਂ ਦੀ ਵਿਚਾਰਧਾਰ 'ਚ ਤਾਂ ਰਹੋ, ਬਾਕੀ ਦੀਆਂ ਚੀਜ਼ਾਂ ਨੇ। ਔਰ ਬੇਅੰਤ ਸਿੰਘ ਤਾਂ ਸਾਰੀ ਉਮਰ ਘੱਟੋ ਘੱਟ ਇੱਕ ਗੱਲ ਤੇ ਤਾਂ ਖੜਾ ਰਿਹਾ ਨਾ ਕਿ ਮੈਂ ਤਾਂ ਸੈਕੂਲਰ ਆਦਮੀ ਆ ਜੀ, ਇੱਥੇ ਫਿਰ ਰਿਹਾ ਲੋਕਾਂ 'ਚ, ਫਲਾਨਾ ਜੇ ਬੁਆ ਚੀਜ਼ਾਂ ਕਰੂੰਗਾ, ਤੇ ਤੁਸੀਂ ਹਿੰਦੂ ਧਰਮ ਦੀ ਪੋਲਿਟਿਕਸ ਦੇ ਵਿੱਚ ਜਾ ਕੇ ਉਹਨੂੰ ਸਟੈਂਡ ਲੈਂਦੇ ਹੋ, ਉਹ ਇੱਕ ਅਲੱਗ ਤਰ੍ਹਾਂ ਦੀ ਗੱਲ ਹੈ। ਔਰ ਜੇ ਗੱਲ ਕਹੀ ਹੈ, ਮੈਨੂੰ ਲੱਗਦਾ ਰਾਹੁਲ ਗਾਂਧੀ ਜਾਂ ਹਾਈਕਮਾਂਡ ਨੇ ਜਿਹੜੀ ਬਿੱਟੂ ਅੱਜ ਕਹਿ ਰਹੇ ਨੇ, ਤਾਂ ਇਹ ਤਾਂ ਦੇਸ਼ ਦੇ ਮਾਮਲੇ ਦੇ ਵਿੱਚ ਵੀ ਔਰ ਸਿੱਖਾਂ ਦੇ ਨਾਲ ਟਕਰਾਅ ਦੇ ਮਾਮਲੇ ਦੇ ਵਿੱਚ ਵੀ, ਬਾਕੀ ਦੇ ਇਹ ਤਾਂ ਇੱਕ ਪੋਜ਼ਿਟਿਵ ਗੱਲ ਮੰਨੀ ਜਾਣੀ ਚਾਹੀਦੀ ਹੈ ਇਨ ਫਿਊਚਰ ਦੇ ਵਾਸਤੇ ਦੇਸ਼ ਦੇ, ਇੱਕ ਪਰਮਾਨੈਂਟ ਰਿਫਟ ਇੱਕ ਖਤਮ ਹੁੰਦੀ ਹੈ ਜਿਹੜੀ ਚੀਜ਼ ਲਗਾਤਾਰ ਬਣੀ ਹੋਈ ਹੈ। ਔਰ ਜੇ ਬਿੱਟੂ ਦੇ ਐਂਗਲ ਤੋਂ ਉਹਨਾਂ ਦਾ ਐਂਗਲ ਹੋਰ ਹੈ, ਪਰ ਅੱਜ ਬਿਆਨ ਦੇਣਾ, ਅੱਜ ਦੇ ਮਾਅਨੇ ਹੋਰ ਨੇ, ਅੱਜ ਦੇ ਮਾਅਨੇ ਇਹ ਨੇ ਕਿ ਬਿੱਟੂ ਸਾਹਿਬ ਚਲੇ ਗਏ ਨੇ ਬੀਜੇਪੀ 'ਚ, ਪਿੰਡਾਂ 'ਚ ਹੋ ਰਿਹਾ, ਕਿਸਾਨੀ ਨੇ ਕੀਤਾ ਹੋਇਆ ਵਿਰੋਧ ਟੋਟਲੀ, ਔਰ ਉਹਨਾਂ ਨੂੰ ਲੱਗਦਾ ਵੀ ਵਿਰੋਧ ਲਗਾਤਾਰ ਹੋ ਰਿਹਾ ਪਿੰਡਾਂ 'ਚ ਜਾਂਦੇ ਹੋਏ। ਔਰ ਜੇ ਉਹ ਕਾਂਗਰਸ ਦੇ ਕੈਂਡੀਡੇਟ ਹੁੰਦੇ ਸ਼ਾਇਦ ਨਾ ਹੁੰਦਾ ਉਹ, ਕਿਉਂਕਿ ਮੇਨਲੀ ਵਿਰੋਧ ਤਾਂ ਸਰਕਾਰਾਂ ਦਾ ਹੀ ਹੁੰਦਾ ਜਿਹੜਾ ਉਹਨਾਂ ਨੇ ਅਨਾਊਂਸ ਕੀਤਾ ਹੋਇਆ। ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਪੇਂਡੂ ਵੋਟ ਤਾਂ ਜਿਹੜੀ ਇਹ ਸੀ ਨਾ ਸ਼ਾਇਦ ਮੇਰੇ ਕਰਕੇ ਪੈ ਜਾਏਗੀ ਇੰਡੀਵਿਜੁਅਲੀ ਜਾਂ ਬਾਕੀ, ਉਹ ਤਾਂ ਘੱਟ ਪਊਗੀ, ਤਾਂ ਕਿਉਂ ਨਾ ਇੱਕ ਪੋਲਰਾਈਜੇਸ਼ਨ ਕੀਤਾ ਹੋਰ, ਪੰਜਾਬ ਦਾ ਪੋਲਰਾਈਜੇਸ਼ਨ ਅਲੱਗ ਕੀਤੀ ਜਾਵੇ, ਲੁਧਿਆਣੇ ਦਾ ਜਿਹੜਾ ਅਰਬਨ ਬੰਦਾ ਉਹਨੂੰ ਕਿਹਾ ਜਾਏ ਕਿ ਦੇਖੋ ਜੀ ਮੈਂ ਤਾਂ ਅਲੱਗ ਤਰ੍ਹਾਂ ਖੜਾ ਤੇ ਉਹ ਮੇਰੇ ਜਿਹੜੇ ਕਾਂਗਰਸ ਹਾਈ ਕਮਾਂਡ ਵਾਲੇ ਦੇ ਦੂਜੇ ਪਾਸੇ ਖੜੇ ਨੇ। ਹੁਣ ਇਹਦਾ ਜਵਾਬ ਕਾਂਗਰਸ ਵੀ ਦੇਗੀ, ਕਿਉਂਕਿ ਬਿੱਟੂ ਇਕੱਲੇ ਪਰਿਵਾਰ ਚੋਂ ਅਲੱਗ ਹੋਏ ਨੇ ਜੀ, ਗੁਰਕੀਰਤ ਸਿੰਘ ਕੋਟਲੀ ਤਾਂ ਕਾਂਗਰਸ ਦੇ ਵਿੱਚ ਹੀ ਨੇ, ਬਾਕੀ ਪਰਿਵਾਰ ਤਾਂ ਉਹਦੇ ਵਿੱਚ ਹੀ ਹੈ, ਸਾਰਾ ਕੁਝ ਹੀ ਹੈ ਤੇ ਬਾਕੀ ਦੇ ਲੋਕ ਵੀ ਨੇ। ਹੁਣ ਕੀ ਕਿਸੇ ਵੀ ਚੋਣ ਲਈ ਅਸੀਂ ਜਦ ਮਰਜ਼ੀ ਸਮਾਜ ਨੂੰ ਵੰਡਣ ਦੇ ਬਿਆਨਬਾਜ਼ੀ ਦੇਵਾਂਗੇ, ਸਾਡੇ ਕੋਲ ਪੋਜ਼ਿਟਿਵ ਏਜੰਡਾ ਕੋਈ ਨਹੀਂ ਹੈ। ਪੋਜ਼ਿਟਿਵ ਏਜੰਡੇ ਤੇ ਜੇਕਰ ਇਲੈਕਸ਼ਨਾਂ ਲੜੀਆਂ ਜਾਣ, 69 ਜਿੰਨੀ ਘਟਾਈ ਜਾ ਸਕੇ ਜਿਹੜੀ ਹਿਸਟਰੀ ਦੀ ਹੁੰਦੀ ਹੈ, ਉਹਨਾਂ ਸੁਸਾਇਟੀ ਲਈ ਚੰਗਾ ਹੁੰਦਾ। ਜਿੱਤਣ ਹਾਰਨ ਬਣਿਆ ਰਹੂਗਾ, ਇੱਕ ਵਾਰ ਤੁਸੀਂ ਜਿੱਤ ਗਏ, ਦੂਜੇ ਵਾਰ ਦੂਜਾ ਜਿੱਤ ਗਿਆ, ਅਗਲੇ ਵਾਰ ਸ਼ਾਇਦ ਫਿਰ ਤੁਸੀਂ ਜਿੱਤ ਜਾਓ, ਇਹ ਘੱਟ ਮਾਅਨੇ ਰੱਖਦੀਆਂ ਨੇ, ਪਰ ਸਾਡੇ ਲੀਡਰਾਂ ਦੇ ਕੱਦ ਹੀ ਐਡੇ ਕਿ ਨਹੀਂ ਤਾਂ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਇੱਥੇ ਤੱਕ ਦੇ ਕੱਦ ਜੇ ਨਾਪ ਲਓ ਐਡੇ ਕੀ ਨੇ ਕਿ ਅਸੀਂ ਸੁਸਾਇਟੀ 'ਚ ਟੋਟਲ ਟਕਰਾਅ ਪੈਦਾ ਕਰਕੇ ਵੀ ਜੇ ਕੁਰਸੀ ਮਿਲਦੀ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਅਸੀਂ ਹਰ ਬੁਰੇ ਦੇ ਬਾਹਰ ਤੱਕ ਜਾ ਸਕਦੇ ਹਾਂ। ਇਸੇ ਕਰਕੇ ਸਿਆਸਤ 'ਚੋਂ ਜਿਹੜੀ ਨੈਤਿਕ ਕਦਰਾਂ ਕੀਮਤਾਂ ਦਾ ਕਿਰਦਾਰ ਦਾ ਬਿਲਕੁਲ ਮਾਈਨਸ ਹੋਣਾ, ਜਿਹੜਾ ਇੰਡੀਅਨ ਪੋਲਿਟਿਕਸ ਦੀ ਟ੍ਰੈਜਡੀ ਹੈ ਇਹ ਸਭ ਤੋਂ ਬੜੀ। ਜਦੋਂ ਤੁਸੀਂ ਰਵਨੀਤ ਸਿੰਘ ਬਿੱਟੂ ਨੂੰ ਦੇਖਦੇ ਹੋ ਤਾਂ ਉਹਨਾਂ ਦੇ ਨੇੜਲਿਆਂ ਤੋਂ ਇਹ ਸਮਝ ਤਾਂ ਆਉਂਦੀ ਹੈ। ਵੈਸੇ ਜੇ ਉਹਨਾਂ ਦਾ ਟਰੈਕ ਤੁਸੀਂ ਦੇਖੋ ਪਿੱਛੇ, ਉਹਦੇ ਵਿੱਚ ਉਹ ਹੈਂਡ ਪਿਕਟ ਨੇ ਰਾਹੁਲ ਗਾਂਧੀ ਵੱਲੋਂ ਇਲੈਕਸ਼ਨ ਲੜ ਕੇ, ਜਾਂ ਜਿਵੇਂ ਵੀ ਉਹਨਾਂ ਦਾ ਮਨ, ਰਾਹੁਲ ਗਾਂਧੀ ਦੀ ਨੇੜਤਾ ਵਾਲੇ ਆਗੂ ਨੇ ਇਹ ਰਾਜਾ ਬੜਿੰਗ। ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਨੇੜਲਿਆਂ ਨਾਲ ਗੱਲ ਸਮਝਣ ਦਾ ਯਤਨ ਕਰੋ ਤਾਂ ਉਹ ਅਮਿਤ ਸ਼ਾਹ, ਪਿਛਲੇ 5-6 ਸਾਲ ਤੋਂ ਉਹ ਦੇਸ਼ ਦੇ ਗ੍ਰਹਿ ਮੰਤਰੀ ਦੇ ਵੀ ਨੇੜੇ ਨੇ, ਔਰ ਬਿਨਾਂ ਹੀਲ ਹੋ ਜਿੱਤੇ ਉਹਨਾਂ ਨੂੰ ਮਿਲਣ ਗਿਲਣ ਦਾ ਸਮਾਂ ਸਮਾਂ ਮਿਲਦਾ ਰਿਹਾ। ਤੇ ਹੁਣ ਜੇਕਰ ਪਿਛਲੇ ਸਮੇਂ 'ਚ ਤੁਸੀਂ ਦੇਖੋ ਤੇ ਉਹਨਾਂ ਨੇ ਇਹ ਵਖਿਆਨ ਬੜੇ ਜ਼ੋਰਦਾਰ ਤਰੀਕੇ ਨਾਲ ਕੀਤਾ ਕਿ ਮੇਰੀ ਤਾਂ ਮੁੱਖ ਮੰਤਰੀ ਸਾਹਿਬ ਨਾਲ ਬੜੀ ਫ੍ਰੀਕੁਐਂਟਲੀ ਗੱਲ ਗੁਲ ਹੁੰਦੀ ਰਹਿੰਦੀ ਆ, ਸਾਡਾ ਇੱਦਾਂ ਉੱਦਾਂ, ਉਹਨਾਂ ਨੇ ਇਸ ਗੱਲ ਨੂੰ ਵੀ ਬਣਾਇਆ 1.5-2 ਸਾਲ ਤੋਂ ਲੁਧਿਆਣੇ ਦੇ ਪ੍ਰਸ਼ਾਸਨ ਤੇ, ਪੰਜਾਬ ਦੇ ਪ੍ਰਸ਼ਾਸਨ ਤੇ ਅਸਰ ਪਾ ਕੇ ਰੱਖੇ ਵੀ ਆਪਾਂ ਤਾਂ ਮਿੱਤਰ ਹਾਂ, ਪਾਰਲੀਮੈਂਟ ਦੀ ਗੱਲਾਂ ਹੋ ਰਹੀ ਹੁੰਦੀਆਂ ਸੀ, ਅਜੇ ਚੱਲਦੀਆਂ ਨੇ, ਮੈਂ ਹਫ਼ਤੇ 'ਚ ਗੱਲ ਕਰਦਾ ਰਿਹਾ। ਤਾਂ ਕੱਲ੍ਹ ਮੁੱਖ ਮੰਤਰੀ ਸਾਹਿਬ ਨੇ ਨਵਾਂ ਹੀ ਚੰਦ ਚਾੜਤਾ, ਉਹ ਕਹਿੰਦੇ ਵੀ ਇਹ ਕੋਰੀਆਂ ਅਫਵਾਹਾਂ ਨੇ, ਆਪਣੀ ਕੋਈ ਦੋਸਤੀ ਦਾਸਤੀ ਹੈ ਨਹੀਂ, ਇਹ ਬੰਦਾ ਚੌਥੇ ਪੰਜਵੇਂ ਥਾਂ ਤੇ ਆਊਗਾ। ਉਹ ਕਿਹੜੇ ਲਿਹਾਜ਼ ਨਾਲ ਤੁਸੀਂ ਪ੍ਰਭਾਸ਼ਿਤ ਕਰੋਗੇ ਜੀ ਰਿਲੇਸ਼ਨਸ ਨੂੰ? ਆਮ ਤੌਰ ਤੇ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਐਕਸਪੋਜ਼ ਘੱਟ ਹੀ ਹੁੰਦੀ ਹੈ, ਕਦੇ ਕੋਈ ਮੁੱਖ ਮੰਤਰੀ ਇੰਜ ਦੇ ਬਿਆਨ ਬਿਉਨ ਦਿੰਦਾ ਨਹੀਂ ਹੁੰਦਾ, ਚੱਲ ਕਿਸੇ ਨੇ ਕਹਿ ਦਿੱਤਾ ਵੀ ਮੇਰੇ ਮਿੱਤਰ ਆ, ਮੇਰੇ ਸੱਜਣ ਨੇ, ਤਾਂ ਚੱਲੀ ਜਾਣ ਦੋ, ਤਾਂ ਬੁੱਕ ਸੁੜੂ। ਮੈਂ ਇਹ ਵੀ ਤੁਹਾਡੇ ਤੋਂ ਸਮਝਣਾ ਚਾਹੁੰਦਾ, ਪਤਾ ਨਹੀਂ ਹੁਣ ਨਿੱਜੀ ਤਾਂ ਕੀ ਕਿਰਦਾਰ ਹੈ। ਵੈਸੇ ਆਮ ਆਦਮੀ ਪਾਰਟੀ ਨੇ ਇੱਕ ਕਲਚਰ ਲਿਆਂਦਾ ਸੀਗਾ, ਹੁਣ ਉਹ ਘੱਟ ਦਿਖਿਆ, ਜਦੋਂ ਆਈ ਆਈ ਸੀ
ਹਰ ਇੱਕ ਦੀ ਆਡੀਓ, ਹਰ ਇੱਕ ਦੀ ਵੀਡੀਓ ਇੱਕ ਕਸ਼ ਚ ਲਈ ਫਿਰਦਾ ਸੀ ਬੰਦਾ, ਵੀ ਅੱਛਾ ਤੂੰ ਨਹੀਂ ਕਹਿੰਦਾ ਚੱਕ ਤੇਰੀ ਵੀਡੀਓ। ਉਦੋਂ ਬਾਅਦ ਤਾਂ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਵੀ ਮਤਲਬ ਫੋਨ ਫੋਨ ਬਾਹਰ ਰਖਾਉਣ ਲੱਗ ਗਏ ਸੀ, ਵੀ ਇੱਥੇ ਕੋਈ ਪਤਾ ਨਹੀਂ ਜਿਵੇਂ ਜਾਲੀ। ਉਹ ਕਲਚਰ ਤੋਂ ਬਾਅਦ ਤਾਂ ਸਾਰਾ ਬਿਊਰੋਕਰੇਟ ਤੇ ਪੋਲੀਟੀਸ਼ੀਅਨ ਟੈਲੀਫੋਨ ਤੇ ਗੱਲ ਕਰਨੀ ਬੰਦ ਕਰ ਗਏ, ਵੀ ਯਾਰ ਇਹ ਨਹੀਂ ਮਿਲ ਕੇ ਕਰਾਂਗੇ, ਤੇ ਕੋਈ ਟੇਪ ਨਾ ਕਰਦਾ ਹੋਵੇ ਕੋਈ, ਮਤਲਬ ਇੱਕ ਬੇਭਰੋਸਗੀ ਦਾ ਆਲਮ ਜਿਹੜਾ ਲੈ ਕੇ ਆਏ। ਤੁਸੀਂ ਸੁੱਚਾ ਸਿੰਘ ਛੋਟੇਪੁਰ ਨੂੰ ਇਸ ਗੱਲ ਕਰਕੇ ਹਟਾਇਆ ਕਿ ਆਇਆ ਕਿੱਥੇ ਆ ਉਹ ਵੀਡੀਓ, ਤੇ ਕਿੱਥੇ ਕੀ ਚੀਜ਼ ਹੈ, ਕਿਹਦੇ ਨਾਲ ਪੈਸੇ ਲੈ ਕੇ ਤੇ ਆਇਆ, ਮੁੜ ਕੇ ਤਾਂ ਦਿਖਾਈ ਦਿੱਤੀ ਨਹੀਂ ਕੀ ਗੱਲ ਹੋਈ। ਔਰ ਇਹੋ ਜਿਹੇ ਕਿੰਨੇ ਹੀ ਬੰਦੇ ਹੋਰ ਜਿਹੜਿਆਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਗੱਲ ਕੀਤੀ ਉਹ ਸਾਰੇ ਮਾਮਲੇ ਦੇ ਵਿੱਚ। ਔਰ ਇਹ ਕਲਚਰ ਮੇਰੇ ਖਿਆਲ ਹੈ ਹਟਣਾ ਚਾਹੀਦਾ, ਜੇ ਤਾਂ ਤੁਸੀਂ ਆੜੀ ਦੋਸਤੀ, ਇਹ ਕੋਈ ਗੁਨਾਹ ਨਹੀਂ ਹੈ ਕਿ ਡਿਫਰੈਂਟ ਪਾਰਟੀ 'ਚ ਕੰਮ ਕਰਦੇ ਬੰਦੇ ਉਹਨਾਂ ਦੀ ਦੋਸਤੀ ਨਹੀਂ ਹੋ ਸਕਦੀ, ਉਹ ਤੁਹਾਡੇ ਨਿੱਜੀ ਦੋਸਤੀ ਹੋ ਸਕਦੀ ਹੈ, ਕਿੱਡੀ ਕੁ ਬੜੀ ਗੱਲ ਹੈ, ਕਿਉਂਕਿ ਉਹ ਸਮਾਜਿਕ ਰਿਸ਼ਤੇ ਅਲੱਗ ਹੋ ਸਕਦੇ ਨੇ। ਪਰ ਜੇ ਉਹ ਵੀ ਇਕੱਲੀ ਇਸੇ ਕਰਕੇ ਆ ਹੁੰਦੇ ਨੇ ਵੀ ਫਿਰ ਵੋਟ ਵੇਲੇ ਤਾਂ ਦੇਖਾਂਗੇ, ਵੋਟ ਵੇਲੇ ਸਾਰੇ ਜੱਗ ਜਾਹਰ ਕਰ ਦਾਂਗੇ ਜੋ ਵੀ ਚੀਜ਼ਾਂ ਹੋਣਗੀਆਂ, ਤਾਂ ਕਿਤੇ ਵੀ ਕੋਈ ਭਰੋਸਾ ਇੱਕ ਦੂਜੇ ਤੇ ਕਿਉਂ ਕਰੂਗਾ ਜਾ ਕੇ। ਬਹੁਤ ਸਾਰੀਆਂ ਚੀਜ਼ਾਂ ਇੱਕ ਦੂਜੇ ਨੂੰ, ਹਰ ਇਨਸਾਨ ਨੂੰ ਇੱਕ ਦੂਜੇ ਦੀਆਂ ਪਤਾ ਹੁੰਦੀਆਂ ਨੇ, ਪਰ ਉਹ ਔਖੇ ਤੋਂ ਔਖੇ ਹਾਲਾਤ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਦਾ ਨੁਕਸਾਨ ਹੁੰਦਾ ਹੋਵੇ ਕਿਸੇ ਸਾਹਮਣੇ ਵਾਲੇ ਵਿਅਕਤੀ ਦਾ, ਕਦੇ ਤੁਹਾਡੀ ਦੋਸਤੀ ਰਹੀ ਹੈ, ਉਹ ਜ਼ਾਹਰ ਨਹੀਂ ਕਰਦਾ ਉਹਨਾਂ ਮਾਮਲਿਆਂ। ਜੇ ਤੁਸੀਂ ਜ਼ਾਹਰ ਕਰਦੇ ਹੋ ਤਾਂ ਤੁਸੀਂ ਬਹੁਤ ਛੋਟੇ ਮਨੁੱਖ ਹੋ, ਕੁਰਸੀ ਜਿੱਡੀ ਮਰਜ਼ੀ ਵੱਡੀ ਹੋਵੇ ਉਹ ਕੋਈ ਵੱਡੀ ਨਹੀਂ ਹੁੰਦੀ, ਤੁਹਾਡੇ ਮਨੁੱਖ ਦੇ ਲੈਵਲ ਜਿਹੜਾ ਮਾਪਦੰਡ ਹੈ, ਮੇਚਾ ਜਿਹੜਾ ਤੁਹਾਡਾ ਐਜ ਏ ਇਨਸਾਨ ਹੈ, ਉਹ ਬਹੁਤ ਛੋਟਾ ਹੈ, ਉਹ ਬਹੁਤ ਵੱਡਾ ਨਹੀਂ ਹੈ। ਸਵਾਲ ਇਹੀ ਹੈ ਕਿ ਤੁਸੀਂ ਕਿਸ ਲੈਵਲ ਦੇ ਮਨੁੱਖ ਬਣਨਾ, ਕਿਸ ਲੈਵਲ ਦੀ ਗੱਲ, ਲੋਕ ਤੁਹਾਡੇ ਤੇ ਭਰੋਸਾ ਕਿਉਂ ਕਰਨ, ਭਰੋਸਾ ਕਰਨ ਜੇ ਲੱਗਣਾ ਤਾਂ ਉਹਦੇ ਲਈ ਜ਼ਿੰਦਗੀ ਦੀ ਕਮਾਈ ਚਾਹੀਦੀ ਹੈ, ਤੇ ਨਹੀਂ ਤਾਂ ਫਿਰ ਉਹ ਨਹੀਂ ਚਾਹੀਦੀ। ਮੈਨੂੰ ਲੱਗਦਾ ਸਾਡੀ ਲੀਡਰਸ਼ਿਪ 'ਚੋਂ ਕਮਾਈ ਹੈ ਨਹੀਂ, ਘੱਟ ਰਹੀ ਹੈ, ਲਗਾਤਾਰ ਕਮਜ਼ੋਰੀ ਹੋ ਰਹੀ ਹੈ, ਤੇ ਜਿਹਦੇ ਕਰਕੇ ਜਿਹੋ ਜਿਹੀ ਸਾਡੇ ਕੋਲ ਲੀਡਰਸ਼ਿਪ ਆ ਰਹੀ ਹੈ ਉਹ ਸਾਰੀ ਦੀ ਸਾਰੀ ਉਹ ਇੱਕ ਪੈਮਾਨਾ ਦਿਖ ਹੀ ਰਿਹਾ, ਕਿਸੇ ਇੱਕ ਗੱਲ ਤੋਂ ਨਹੀਂ ਦਿਖਦਾ, ਮਲਟੀਪਲ ਗੱਲਾਂ ਤੋਂ ਦਿਖ ਰਿਹਾ ਕਿ ਉਹ ਸਾਰੇ ਪੱਖਾਂ ਤੋਂ ਵੀਕਨੈਸ ਆ ਰਹੀ ਹੈ। ਤੁਸੀਂ ਇੱਕ ਗੱਲ ਕੀਤੀ ਸੀ ਰਾਜੀਵ ਗਾਂਧੀ ਦੇ ਕਤਲ ਵਾਲੀ, ਕਿ ਉਹਦੇ ਕਾਤਲਾਂ ਨੂੰ ਮੁਆਫ ਕੀਤਾ ਇਸ ਪਰਿਵਾਰ ਨੇ, ਰਾਜੀਵ ਗਾਂਧੀ ਦੇ ਪਰਿਵਾਰ ਨੇ। ਮੈਂ ਇੱਕ ਖਬਰ ਜਿਹੜੀ ਦੇਖ ਰਿਹਾ ਸੀ, ਸੁਣ ਵੀ ਰਿਹਾ ਸੀ ਰਾਦਰ, ਪ੍ਰਿਯੰਕਾ ਗਾਂਧੀ ਪ੍ਰਚਾਰ ਦੌਰਾਨ ਇੱਕ ਜਗ੍ਹਾ ਦੇ ਉੱਤੇ ਪ੍ਰਧਾਨ ਮੰਤਰੀ ਦੇ ਜਿਹੜੇ ਬਿਆਨ ਆ ਉਹਨਾਂ ਤੋਂ ਮੈਨੂੰ ਲੱਗਦਾ ਆਹਤ ਹੋ ਕੇ ਬੜੀ ਇਮੋਸ਼ਨਲ ਤਰੀਕੇ ਨਾਲ ਜਦੋਂ ਇਹ ਗੱਲ ਕਹਿ ਰਹੇ ਨੇ ਕਿ ਮੈਂ ਤਾਂ ਆਪਣੇ ਬਾਪ ਦੀ ਲਾਸ਼ ਤਮਿਲਨਾਡੂ ਤੋਂ ਚੱਕ ਕੇ ਲਿਆਈ ਸੀਗੀ, ਲਾਸ਼ ਦੇ ਟੁਕੜੇ। ਮਤਲਬ ਇਹ ਇਹੋ ਜਿਹੀ ਜਿਹੜੀ ਗੱਲ ਆ, ਜਦੋਂ ਇਹਨੂੰ ਤੁਸੀਂ ਪ੍ਰੈਕਟਿਸ ਦੇ ਵਿੱਚ ਵਾਕਿਆ ਹੀ ਕਲਪਨਾ ਦੇ ਵਿੱਚ ਲਿਆਉਂਦੇ ਹੋ, ਤੇ ਇੱਕ ਪੁੱਤਰੀ ਜਦੋਂ ਆਪਣੇ ਬਾਪ ਦੀ ਲਾਸ਼, ਭਾਵੇਂ ਉਹ ਸਥਿਤੀਆਂ ਕਿਹੋ ਜਿਹੀਆਂ ਰਹੀਆਂ, ਕਤਲ ਕਰਨ ਵਾਲੇ ਲੋਕਾਂ ਦੀ ਮਾਨਸਿਕਤਾ ਕਿਹੋ ਜਿਹੀ ਸੀ, ਉਹ ਵਿਦਰੋਹ ਕਿਹੋ ਜਿਹੇ ਸੀਗੇ, ਉੱਥੇ ਲਏ ਗਏ ਸ਼੍ਰੀਲੰਕਾ 'ਚ ਫੈਸਲੇ ਕਿਹੋ ਜਿਹੇ ਸੀਗੇ, ਔਰ ਉਹ ਇੱਕ ਅਲੱਗ ਇਸ਼ੂ ਆ। ਪਰ ਜਦੋਂ ਤੁਸੀਂ ਇੱਕ ਪ੍ਰਧਾਨ ਮੰਤਰੀ ਵਜੋਂ ਦੇਸ਼ ਵੱਲੋਂ ਕੋਈ ਕੰਮ ਕਰ ਰਹੇ ਹੁੰਦੇ ਹੋ, ਠੀਕ ਹੈ ਜਾਂ ਗਲਤ ਆ ਅਲੱਗ ਤੋਂ, ਪਰ ਜਿਹੜੀ ਇਹ ਭਾਵੁਕਤਾ ਹੈ, ਇਹ ਭਾਵੁਕਤਾ ਲੋਕਾਂ ਨੂੰ ਜੋੜਨ ਵਿੱਚ ਸਫਲ ਹੁੰਦੀ ਹੈ ਕਿ ਜਦੋਂ ਇਸ ਵੇਲੇ ਕੰਪੈਰੀਜ਼ਨ ਦੇ ਵਿੱਚ ਕੁਰਬਾਨੀਆਂ ਹੋਣ, ਤੁਹਾਨੂੰ ਲੱਗਦਾ ਇਹ ਗੱਲ ਚੋਣ ਦੇ ਵਿੱਚ ਕਈ ਕਈ ਜਗ੍ਹਾ ਤੇ ਕਈ ਹਿੱਸਿਆਂ ਤੇ ਅਸਰ ਕਰੂਗੀ? ਮੈਨੂੰ ਲੱਗਦਾ ਕਿ ਇਮੋਸ਼ਨਲ ਤਾਂ ਹੈ ਹੀ ਹੈ ਸਾਡਾ ਕਲਚਰ, ਜਾਂ ਇੰਡੀਅਨ ਲੋਕ ਇਮੋਸ਼ਨਲ ਜ਼ਿਆਦਾ ਨੇ ਸਗੋਂ ਲੌਜੀਕਲ ਨਾਲੋਂ ਤਾਂ ਕਈ ਵਾਰ, ਤੇ ਉਹੀ ਗੱਲਾਂ ਕਹੀਆਂ ਜਾਂਦੀਆਂ ਨੇ। ਪਹਿਲਾਂ ਪ੍ਰਾਈਮ ਮਿਨਿਸਟਰ ਕਿੰਨੀਆਂ ਇਹਨਾਂ ਗੱਲਾਂ ਨੂੰ ਭਣਾਉਂਦੇ ਰਹੇ ਨੇ ਵਾਰ ਵਾਰ, ਵੀ ਦੇਖੋ ਜੀ ਜਦੋਂ ਪਿਛਲੀ ਇਲੈਕਸ਼ਨ ਸੀ 2019 ਦੀ ਨਾ, ਉਹਨਾਂ ਨੇ ਮਨੀਸ਼ੰਕਰ ਅਈਅਰ ਨੇ ਇੱਕ ਬਿਆਨ ਦਿੱਤਾ ਸੀ, ਬਿਆਨ 'ਚ ਇੱਕ ਸ਼ਬਦ ਸੀਗਾ ਤੇ ਉਹਨੂੰ ਇੰਨਾ ਭਣਾਇਆ, ਮੈਨੂੰ ਤਾਂ ਇਹ ਕਿਹਾ ਜੀ, ਮੈਨੂੰ ਇਹ ਕਿਹਾ ਜੀ, ਜਾਂ ਮੇਰੇ ਖਿਲਾਫ ਨੇ ਸਾਰੇ, ਜਾਂ ਜੇ ਵੋ, ਤਾਂ ਦੂਜੇ ਪਾਸੇ ਵੀ ਤਾਂ ਉਹ ਗੱਲ ਹੋ ਹੀ ਸਕਦੀ ਹੈ, ਇਹ ਕੋਈ ਬੜੀ ਗੱਲ ਨਹੀਂ। ਔਰ ਹੁਣ ਸਵਾਲ ਇਹ ਹੈ ਕਿ ਜਦੋਂ ਪ੍ਰਧਾਨ ਮੰਤਰੀ ਨੇ ਇਹ ਕਿਹਾ
ਕਿ ਸਾਹਿਜਾਦੇ ਨੂੰ ਮੌਕਾ ਨਹੀਂ ਦੇਗਾ ਦੇਸ਼, ਜਾਂ ਇਹ ਯੂਪੀ ਵੀ ਨਹੀਂ ਦੇਗੀ ਸਾਹਿਜਾਦੇ ਨੂੰ ਮੌਕਾ। ਮਤਲਬ ਉਹ ਬਾਰ ਬਾਰ ਉਹਨੂੰ ਸਾਹਿਜਾਦਾ, ਆਪਣੇ ਆਪ ਨੂੰ ਗਰੀਬ, ਜਿਹੜਾ ਇਹ ਲਗਾਤਾਰ ਆ ਰਿਹਾ 14 ਤੋਂ, ਚਲੋ ਪਹਿਲਾਂ ਕਹਿ ਲਿਆ ਗਰੀਬ ਪਹਿਲੀ ਇਲੈਕਸ਼ਨ ਚ, ਹਾਲਾਂਕਿ ਇੰਨੇ ਵਾਰ ਦੇ ਚੀਫ ਮਿਨਿਸਟਰ, ਪਤਾ ਨਹੀਂ ਗਰੀਬ ਇੱਕ ਅਮੀਰ ਹੋਰ ਕੌਣ ਹੁੰਦਾ ਕਿ ਇੰਨੇ ਵਾਰ ਦਾ ਚੀਫ ਮਿਨਿਸਟਰ ਤੇ 2 ਵਾਰ ਦਾ ਪ੍ਰਾਈਮ ਮਿਨਿਸਟਰ ਕੰਟਰੀ ਦਾ, ਜੇ ਉਹ ਗਰੀਬ ਹੀ ਸ਼ੋ ਕਰਦਾ ਆਪਣੇ ਆਪ ਨੂੰ ਲਗਾਤਾਰ। ਪਰ ਦੂਜੇ ਪਾਸੇ ਸਾਹਿਜਾਦਾ ਸਾਹਿਜਾਦੇ ਦੀ ਗੱਲ ਜਿਹੜੀ ਹੋ ਰਹੀ ਹੈ, ਔਰ ਨਾਲ ਇਹ ਵੀ ਉਹਨਾਂ ਨੇ ਇੱਕ ਕਿਹਾ ਕਿ ਦੇਖੋ ਪਾਕਿਸਤਾਨ ਚਾਹੁੰਦਾ ਕਿ ਸਾਹਿਜਾਦਾ ਬਣ ਜਾਏ ਦੁਬਾਰਾ, ਤੇ ਇਹਨੂੰ ਉਧਰ ਵੀ ਜੋੜਿਆ ਨਾਲ। ਮੈਨੂੰ ਲੱਗਦਾ ਉਹਦਾ ਜਵਾਬ ਪ੍ਰਿਅੰਕਾ ਗਾਂਧੀ ਜਿਹੜੀ ਉਸ ਪੱਧਰ ਦੇ ਉੱਤੇ ਦੇ ਰਹੀ ਸੀਗੀ, ਉਹ ਕਹਿ ਰਹੀ ਸੀ ਕਿ ਸਾਨੂੰ ਤਾਂ ਮੇਰੇ ਬਾਪ ਨੂੰ ਵੀ, ਮੇਰੇ ਪਿਤਾ ਜੀ ਨੂੰ ਵੀ ਵਿਰਾਸਤ ਦੇ ਵਿੱਚ ਸ਼ਹਾਦਤ ਮਿਲੀ, ਕਿਉਂਕਿ ਉਹ ਇੰਦਰਾ ਗਾਂਧੀ ਦੀ ਗੱਲ ਕਰ ਰਹੀ ਸੀ ਕਿ ਇੰਦਰਾ ਗਾਂਧੀ ਵੀ ਐਵੇਂ ਉਹਦੀ ਕਤਲ ਹੋਇਆ, ਔਰ ਫਿਰ ਰਾਜੀਵ ਗਾਂਧੀ ਵੀ ਉਸੇ ਤਰੀਕੇ ਦੇ ਨਾਲ ਹੋਇਆ, ਤੇ ਅਸੀਂ ਤਾਂ ਜੋ ਉਹਨਾਂ ਦੇ ਟੁਕੜੇ ਆਏ ਜੋ ਝੰਡੇ ਦੇ ਵਿੱਚ, ਨੈਸ਼ਨਲ ਫਲੈਗ ਦੇ ਵਿੱਚ ਸਾਡੇ ਸਾਹਮਣੇ ਆਏ ਨੇ, ਔਰ ਤੁਸੀਂ ਤਾਂ ਇਹ ਅਹਿਸਾਸ ਹੀ ਨਹੀਂ ਕਰ ਸਕਦੇ। ਉਹ ਕਹਿੰਦੀ ਹੈ ਨਰਿੰਦਰ ਮੋਦੀ ਉਹਨਾਂ ਨੂੰ ਐਡਰੈਸ ਕਰਕੇ ਕਹਿੰਦੀ ਹੈ ਕਿ ਗੱਲਬਾਤ ਦਾ ਕੁਐਸਚਨ ਨਹੀਂ, ਇਹ ਦਲੀਲ ਦਾ ਨਹੀਂ, ਤੁਸੀਂ ਨਹੀਂ ਅਹਿਸਾਸ ਕਰ ਸਕਦੇ ਕਿਉਂਕਿ ਤੁਹਾਡੇ ਹਿਸਟਰੀ ਦੇ ਵਿੱਚ ਜਾਂ ਤੁਹਾਡੇ ਅੱਜ ਤੱਕ ਇਹੋ ਜਿਹਾ ਕੁਝ ਵਾਪਰਿਆ ਹੀ ਨਹੀਂ, ਨਾ ਤੁਸੀਂ ਰਿਸਕ ਲਿਆ ਜ਼ਿੰਦਗੀ ਦੇ ਵਿੱਚ। ਤਾਂ ਆਟੋਮੈਟਿਕਲੀ ਇੱਕ ਜਿਹੜੀ ਬਾਇਨਰੀ ਜਦੋਂ ਬਣਦੀ ਹੈ, ਤਾਂ ਸਾਹਮਣੇ ਬੈਠੀ ਭੀੜ ਜਿਸ ਢੰਗ ਨਾਲ ਰਿਸਪੋਂਡ ਕਰ ਰਹੀ ਹੈ ਇਸ ਗੱਲ ਨੂੰ, ਤਾਂ ਨਜ਼ਰ ਆ ਰਿਹਾ ਕਿ ਉਸ ਉਹਨਾਂ ਇਮੋਸ਼ਨਜ ਦਾ ਇੰਪੈਕਟ ਹੋ ਰਿਹਾ ਹੈ ਕਿਤੇ ਨਾ ਕਿਤੇ ਮਾਮਲੇ ਦੇ ਵਿੱਚ। ਔਰ ਕਿਤੇ ਵੀ ਕੋਈ ਵੀ ਗੱਲ ਕਹੂਗਾ ਤਾਂ ਉਹਦਾ ਇੰਪੈਕਟ ਹੁੰਦਾ, ਔਰ ਉਹ ਵੀ ਤੱਥ ਨਾਲ ਜੋੜ ਕੇ, ਇਹ 'ਚ ਕੋਈ ਗੱਲ ਵੀ ਨਹੀਂ ਹੈ। ਆਜ਼ਾਦੀ ਦੀ ਮੂਵਮੈਂਟ ਤੋਂ ਲੈ ਕੇ ਜਿਹੜਾ ਵਿਰੋਧ ਦੇ ਵਿੱਚ ਜਦੋਂ ਕੋਈ ਗੱਲ ਕਰਦਾ ਕਿ ਤੁਹਾਡੇ ਤੱਕ ਕਿਹੜਾ ਬੰਦਾ ਆਜ਼ਾਦੀ ਦੀ ਮੂਵਮੈਂਟ ਲੜਿਆ, ਜਿਹੜਾ ਲੜਿਆ ਉਹ ਮਾਫੀ ਮੰਗ ਕੇ ਆ ਗਿਆ, ਤੇ ਤੁਸੀਂ ਕਹਿ ਰਹੇ ਹੋ ਅਸੀਂ ਦੇਸ਼ ਨੂੰ ਅੱਗੇ ਲਿਜਾਣਾ, ਬਾਕੀ ਦਿਆਂ ਨੂੰ ਰੱਦ ਨਹੀਂ ਕਰ ਸਕਦੇ ਨਾ ਬਾਕੀ ਬੰਦਿਆਂ ਨੂੰ ਜਿਨ੍ਹਾਂ ਨੇ ਐਡੀ ਵੱਡੀ ਸਟਰਗਲ ਚੋਂ ਆਏ, ਕੋਈ ਕਿਸੇ ਵੀ ਸਟਰੀਮ ਦੇ ਬੰਦੇ ਹੋਣ, ਜਿਹੜਿਆਂ ਨੇ ਜਿਹੜਾ ਵੀ ਕੱਟੀਆਂ ਬਾਕੀ ਚੀਜ਼ਾਂ ਹੋਈਆਂ, ਉਹਦੇ ਪੈਰਲਰ ਜਦੋਂ ਤੁਹਾਡੇ ਕੋਲ ਕਹਿਣ ਲਈ ਨਹੀਂ ਆ, ਤਾਂ ਫਿਰ ਤੁਸੀਂ ਇਹ ਗੱਲ ਕਰ ਰਹੇ ਹੋ, ਤੇ ਉਹ ਆਪਣੀ ਦਿਖਾਉਂਦੇ ਨੇ ਕਿ ਸਾਡੀ ਆਹ ਕੁਰਬਾਨੀ ਹੈ ਜੀ। ਇਹ ਦੋਨਾਂ ਦਾ ਪੈਰਲਰ ਕੀ ਲੋਕ ਸਮਝਣਗੇ? ਤੇ ਮੈਨੂੰ ਤਾਂ ਲੱਗਦਾ ਕਿ ਜੇ ਵਾਜਬ ਤਰੀਕੇ ਨਾਲ ਵਾਜਬ ਪਲੇਟਫਾਰਮਾਂ ਤੇ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਹਦਾ ਅਸਰ ਹੁੰਦਾ ਕਿਤੇ ਨਾ ਜੀ। ਮੈਨੂੰ ਲੱਗਦਾ ਕਿ ਅਸੀਂ ਹੋਰ ਇੱਕ ਖਬਰ ਜ਼ਰੂਰ ਲੈਣੀ ਸੀ, ਪਰ ਸਮੇਂ ਨੂੰ ਆਪਾਂ ਕਾਫੀ ਜ਼ਿਆਦਾ ਵਰਤ ਲਿਆ ਤੇ ਹੁਣ ਨਾ ਹੀ ਜ਼ਿਆਦਾ ਜਾਈਏ। ਸ਼ਾਮ ਨੂੰ ਡਿਸਕਸ ਕਰਾਂਗੇ ਕਿ ਜਿਹੜੇ ਰੋਡ ਸ਼ੋਅਜ਼ ਹੁੰਦੇ ਨੇ ਸਰਕਾਰੀ ਧਿਰ ਦੇ, ਉਹਦੇ ਵਿੱਚ ਜਦੋਂ ਪੂਰੇ ਦਾ ਪੂਰਾ ਏਰੀਆ ਰੋਕ ਲਿਆ ਜਾਂਦਾ, ਕੰਮਕਾਜ ਰੋਕ ਲਏ ਜਾਂਦੇ, ਰੱਸੀਆਂ ਲਾਤੀਆਂ ਜਾਂਦੀਆਂ, ਤਲਾਸ਼ੀਆਂ ਹੋਣ ਲੱਗ ਜਾਂਦੀਆਂ, ਬੰਦੇ ਅੰਦਰ ਦੁਕਾਨਾਂ 'ਚ ਵੜਦੇ ਜਾਂਦੇ, ਤੇ ਉਹ ਅਸਰ ਪੋਜ਼ਿਟਿਵ ਹੁੰਦਾ ਕਿ ਨੈਗੇਟਿਵ ਹੁੰਦਾ, ਕੱਲ ਮੁੱਖ ਮੰਤਰੀ ਨੇ ਫੀਲ ਕੀਤਾ ਸੀ। ਸ਼ਾਮ ਨੂੰ ਇਹਦੇ ਤੇ ਗੱਲ ਕਰਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸ਼ੁਕਰੀਆ ਜੀ।